ਇਹ ਦੁਨੀਆ ਫੇਮਸ ਕਰਦੀ ਵੀਰਿਆ ਲੁੱਚੇ ਲੰਡਿਆਂ ਨੂੰ ਕੋਈ ਨਹੀਂ ਸੁਣ ਕੇ ਰਾਜੀ ਗਾਣੇ ਚੰਗਿਆਂ ਨੂੰ ਹਾਏ ਕਿੰਨੇ ਪਾਕ ਪਵਿੱਤਰ ਗਾਣੇ ਸੀ ਪੁੱਛੀ ਜਾ ਕੇ ਫੱਤੇ ਵਾਲਿਆ ਪੁਰਾਣੇ ਬੰਦਿਆਂ ਨੂੰ ਆਹ ਦੁਨੀਆ ਫੇਮਸ ਕਰਦੀ ਵੀਰਿਆ ਲੁੱਚੇ ਲੰਡਿਆਂ ਨੂੰ ਕੋਈ ਨਹੀਂ ਸੁਣ ਕੇ ਰਾਜੀ ਹਾਏ ਗਾਣੇ ਚੰਗਿਆਂ ਨੂੰ ਜਾਨ ਲਕਾਰੀ ਵਰਗੇ ਸਾਹਣ ਗੋਟੇ ਵਰਗੇ ਗੀਤ ਕਰ ਦੇਖ ਲੋਗੇ ਜੇ ਰੋਲੇ ਫਰਦੇ ਨੇ ਪਰ ਉਹਨਾਂ ਦੇ ਗਾ ਕੇ ਕਿੱਡੇ ਕਿੱਡੇ ਸਟਾਰ ਬਣੇ ਫਰਦੇ ਨੇ ਹਨਾ ਪਾਪਿੰਡੀ ਵਿੱਚ ਵੈਰ ਲਿਆ ਬਣ ਗਿਆ ਕਾਂਗਰਸੀ ਤੋਂ ਕਾਲੀ ਜਿਹੜੇ ਮਰਜੀ ਆ ਜਾਣ ਓਏ ਕਹਿਣਗੇ ਹੈਕ ਜਾਣਾ ਖਾਲੀ ਨਾ ਬੇਰੁਜ਼ਗਾਰੀ ਖਤਮ ਹੋਈ ਬੇਲਾ ਤੁਰਿਆ ਫਿਰਦਾ ਮੁੰਡਾ ਰੱਗ ਬਦਲ ਦੇ ਪੱਗਾ ਦੇ ਇਸ ਤੋਂ ਵੱਧ ਕੇ ਕੁਝ ਨਹੀਂ ਹੁੰਦਾ ਜਿੰਨਾ ਸੱਚਾ ਤੁਸੀਂ ਲਿਖ ਰਹੇ ਹੋ ਤੁਹਾਨੂੰ ਪਤਾ ਸੱਚ ਤੇ ਕੱਚ ਚੁੱਭਦੇ ਬਹੁਤ ਹਾਂ ਅਈ ਦੀ ਸਿਟੀ ਇਹ ਕੀ ਹੋਣ ਲੱਗਿਆ ਧਮਕੀਆਂ ਇਹ ਹੋਰ ਵੀ ਆਉਂਦੇ ਰਹਿੰਦੇ ਬਈ ਕਿਹੜੀ ਗੱਲ ਕਰਕੇ ਕੋਈ ਖਾਸ ਟਿਪੀਕਲ ਤੁਸੀਂ ਕੁਝ ਗਾਇਆ ਹੋਵੇ ਉਹਦੇ ਕਰਕੇ ਵਿਵਾਦ ਹੋਇਆ ਹੋਵੇ ਆਈ ਅੰਦਰ ਰਹਿੰਦਾ ਬਈ ਸਰਕਾਰਾਂ ਦੇ ਵਿੱਚੋਂ 파ਰਟੀ ਦੇ ਅੰਦਰ ਠੋਕ ਦਾਂਗੇ ਸਾਂ ਐ ਕਹਿਣਾ ਤੂੰ ਜੇ ਉਹ ਕਰਦਾਂਗਾ ਮਾਂ ਬਾਪੂ ਨੂੰ ਪੁੱਛਿਆ ਨਹੀਂ ਕਿੱਦੇ ਪਾਣੀ ਤੇ ਦੁੱਧ ਬਾਮਣਾ ਮੂਰੇ ਕਾਣ ਧਰੀ ਜਾਣੈ ਪਾਠ ਪੜ੍ਹਦੇ ਤੇ ਸੁਣਦੇ ਨੂੰ ਨੀਂਦ ਆਉਂਦੀ ਓਏ ਚੌਕੀ ਪੂਵੜੇ ਸਾਦ ਦੀ ਕਿਉਂ ਭਰੀ ਜਾਣੈ ਰੋਲਾ ਕਰਦਾ ਸੀ ਕਰੇ ਨੇ ਬੇੜ ਲੈਂਦਾ ਤੇ ਹੁਣ ਤਰਲੇ ਸਿਪਾਈਆਂ ਦੇ ਕਰੀ ਜਾਣੈ ਮਾਂ ਬਾਪ ਦੇ ਬੋਲਦੇ ਨੇ ਤਿਤ ਮੂਰੇ ਤੇ ਉਧਰ ਜਨਾਨੀ ਕੋਲੋਂ ਡਰੀ ਜਾਣੈ ਬੜਾ ਬਾਪ ਨੂੰ ਟੀਚਰਾਂ ਕਰ ਦਿੰਦੇ ਕੀ ਸਿਆਣੀ ਵਰ ਚ ਕੀ ਕਰੇ ਕਿੰਨਾ ਫੜਲੇ ਪਰ ਹੁਣ ਬਾਪੂ ਨੂੰ ਸਲਾਉਂਦੇ ਜਦੋਂ ਸਾਡੇ ਪਿੰਡ ਦੇ ਕਿਸੇ ਰਿਸ਼ਤੇਦਾਰ ਆਉਂਦੇ ਆ ਜਾਂ ਉਹਨਾਂ ਦੇ ਕਹਿੰਦੇ ਵੀ ਉਹ ਸੋਣ ਜਵਾਕਣ ਮਲਾ ਕੇ ਲੈਰ ਦਾਤੀ ਪੁੱਤੀ ਈੜ ਈੜ ਉਹਦੇ سینਾ ਚਾਲਾ ਹੁੰਦਾ ਕਿ ਯਾਰ ਸੜਕ ਕਤਰ ਪਈਏ ਕਿ ਖੰਟ ਵਾਲਾ ਮਾਣ ਉਸਤਾਦ ਕਈਆਂ ਦਾ ਪਰ ਜਾਣਦੇ ਨਹੀਂ ਲੋਕੀ ਇੱਥੇ ਲਾਲੀ ਖੰਟ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਸਵਾਗਤ ਕਰਦੇ ਹਾਂ ਤੁਹਾਡਾ ਟਾਕ ਵਿਦ ਰਤਨ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਸੀ ਵੱਖੋ ਵੱਖਰੇ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਾਉਣੇ ਆ ਪਰ ਸਾਡੀ ਇੱਕ ਹੋਰ ਵੀ ਕੋਸ਼ਿਸ਼ ਹੁੰਦੀ ਆ ਵੀ ਜਿਹੜੇ ਨੌਜਵਾਨ ਕਿਸੇ ਵੀ ਖੇਤਰ ਦੇ ਵਿੱਚ ਕੁਛ ਨਾ ਕੁਛ ਕਰਨਾ ਚਾਹੁੰਦੇ ਆ ਜਾਂ ਕੁਛ ਨਾ ਕੁਛ ਕਰ ਰਹੇ ਆ ਉਹਨਾਂ ਨੂੰ ਵੀ ਤੁਹਾਡੇ ਸੁਨਮੁਖ ਲੈ ਕੇ ਆਈਏ ਦੁਨੀਆ ਦੇ ਸਾਹਮਣੇ ਰੱਖੀਏ ਕਿਉਂਕਿ ਜਿਹੜੀ ਕਲਾ ਕੀ ਕਲਾ ਜੇ ਛੁਪੀ ਰਹੇ ਤਾਂ ਉਹਦੇ ਨਾਲ ਇਨਸਾਫ ਨਹੀਂ ਹੁੰਦਾ ਹਰ ਇੱਕ ਨੇ ਮਿਹਨਤ ਕਰਨੀ ਹੁੰਦੀ ਆ ਪ੍ਰਮਾਤਮਾ ਮਿਹਨਤ ਦਾ ਫਲ ਵੀ ਦਿੰਦਾਗਾ ਆਪੋ ਆਪਣੇ ਭਾਗ ਨੇ ਭਾਈ ਪਰ ਸਾਡਾ ਇਹ ਫਰਜ਼ ਬਣਦਾਗਾ ਇਸ ਪਲੇਟਫਾਰਮ ਦੇ ਉੱਤੇ ਅਸੀਂ ਉਹਨਾਂ ਲੋਕਾਂ ਨੂੰ ਤੁਹਾਡੇ ਰੂਹ-ਭਰੂ ਕਰਾਈਏ ਜਿਹੜੇ ਵਾਕਿਆ ਦੇ ਵਿੱਚ ਗੁਨਾ ਦੀ ਗੁਥਲੀ ਨੇ ਅੱਜ ਇੱਕ ਅਜੇਹਾ ਹੀ ਨੌਜਵਾਨ ਹਾਲਾਂਕਿ ਦੇਖਣ ਨੂੰ ਬੱਚਾ ਲੱਗਦਾਗਾ ਬੀਏ ਕਰ ਰਿਹਾਗਾ ਲਾਪ੍ਰੀਤ ਸਿੰਘ ਮਾਨਸਾ ਜ਼ਿਲ੍ਹੇ ਦਾ ਨੌਜਵਾਨ ਆ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸ਼ਾਇਆ ਰਹਿੰਦਾਗਾ ਕੁਛ ਨਾ ਕੁਛ ਗੀਤ ਗਾਉਂਦਾ ਰਹਿੰਦਾਗਾ ਉਹ ਗੀਤ ਅੱਜ ਕੱਲ ਦੇ ਵੀ ਨੇ ਪੁਰਾਣੇ ਜ਼ਮਾਨੇ ਦੇ ਵੀ ਨੇ ਕੁਝ ਚੀਜ਼ਾਂ ਪੁਰਾਣੇ ਕਲਾਕਾਰਾਂ ਵਾਲੀਆਂ ਵੀ ਯਾਦ ਕਰਾਉਂਦੇ ਨੇ ਉਹਦੇ ਨਾਲ ਇੱਕ ਛੋਟੀ ਜੀ ਮੁਲਾਕਾਤ ਆ ਤੇ ਅਸੀਂ ਉਮੀਦ ਕਰਦੇ ਆ ਵੀ ਇਸ ਮੁਲਾਕਾਤ ਤੋਂ ਬਾਅਦ ਲਾਪ੍ਰੀਤ ਨੂੰ ਹੋਰ ਵੀ ਤੁਸੀਂ ਪਿਆਰ ਦੋਗੇ ਹੰਗਾਰਾ ਮਿਲੂਗਾ ਤੇ ਉਹਦੀ ਜ਼ਿੰਦਗੀ ਦੇ ਵਿੱਚ ਇੱਕ ਬੜਾ ਵੱਡਾ ਬਦਲਾਅ ਵੀ ਆਊਗਾ ਇਹ ਸਾਨੂੰ ਉਮੀਦ ਆ ਕਿਉਂਕਿ ਇਹ ਆਮਕਰਾਂ ਦਾ ਬੱਚਾਗਾ ਆਮਕਰਾਂ ਤੋਂ ਉੱਠ ਕੇ ਇਹ ਵੀ ਉਹਨਾਂ ਦੇ ਨਾਲ ਜਾ ਕੇ ਖੜੇ ਜਿਹੜੇ ਕਲਾ ਨੂੰ ਜਾਂ ਕਲਾ ਦੇ ਖੇਤਰ ਨੂੰ ਪਿਆਰ ਕਰਦੇ ਨੇ ਤੇ ਫਿਰ ਲੋਕਾਂ ਨੂੰ ਅੱਗੇ ਲੈ ਕੇ ਜਾਂਦੇ ਨੇ ਲਾਪਰੀ ਸਵਾਗਤ ਹੈ ਸ਼ਸ਼ੀ ਗਾਲ ਸਰਾਂ ਤੋਂ ਪਹਿਲਾਂ ਤਾਂ ਬਾਈ ਰਤਨ ਦਾ ਧੰਨਵਾਦ ਬਾਈ ਜੀ ਜਿਹੜੇ ਪੱਤਰਕਾਰੀ ਦੇ ਵਿੱਚ ਸਾਡੇ ਪਿੰਡ ਪਹੁੰਚੇ ਨੇ ਕਿਉਂਕਿ ਅੱਜ ਕੱਲ ਬਾਈ ਜੀ ਪੱਤਰਕਾਰ ਦੇਖੀਏ ਜਿਹੜੇ ਵਾਇਰਲ ਹੁੰਦੇ ਨੇ ਕਲਿੱਪ ਜਿਉਂ ਚੁੰਮੇ ਵਾਲੀ ਭਾਬੀ ਹੋ ਗਈ ਜਾਂ ਜਿਨ੍ਹਾਂ ਦੀਆਂ ਜਨਾਨੀ ਨਾਲ ਵੀਡੀਓ ਆਡੀਓ ਕਾਲਾਂ ਵਾਇਰਲ ਹੁੰਦੀ ਜਾਂਤਰ ਉਹਨਾਂ ਦੀ ਇੰਟਰਵਿਊ ਕਰਦੇ ਨੇ ਤੇ ਸਾਡੇ ਵਰਗੇ ਨੌਜਵਾਨ ਪਿੱਛੇ ਰਹਿ ਜਾਂਦੇ ਫਿਰ ਦਿਲ ਜਾਂ ਟੁੱਟਦਾ ਵੀ ਪਿੱਛੇ ਹੋ ਜੀਏ ਸੋਸ਼ਲ ਮੀਡੀਆ ਤੋਂ ਪਰ ਰਤਨ ਬਾਈ ਦਾ ਧੰਨਵਾਦ ਕਰਦੇ ਆ ਇਹਨਾਂ ਦੀ ਚੈਨਲ ਦਾ ਧੰਨਵਾਦ ਕਰਦੇ ਜਿਹੜੇ ਸਾਡੇ ਵਰਗੇ ਨੌਜਵਾਨ ਭਰਾਵਾਂ ਨੂੰ ਅੱਗੇ ਲੈ ਕੇ ਆ ਰਹੇ ਨੇ ਧੰਨਵਾਦ ਵੀਰ ਜੀ ਹੋ ਠੀਕ ਠਾਕ ਹੋ ਚੜਦੀ ਕਲਾ ਬਾਈ ਮੈਂ ਚਾਹੂੰਗਾ ਪਹਿਲਾਂ ਹੀ ਕੁਝ ਗਾ ਕੇ ਹੋ ਜੇ ਪਹਿਲਾਂ ਹੀ ਪਤਾ ਲੱਗ ਜੇ ਵੀ ਲਵਪ੍ਰੀਤ ਕੌਣ ਆ ਫਿਰ ਗੱਲਬਾਤ ਕਰਦੇ ਹਾਂ ਕੀਮਤ ਚਕਾਈ ਇਹਦੀ ਸੱਚੀ ਸਰਕਾਰ ਨੇ ਜੋਰਾਵਾਰ ਫਤੇ ਸਿੰਘ ਜੀਤ ਤੇਜ ਜਾਰੀ ਨੇ ਕੀਮਤ ਚੁਕਾਈ ਇਹਦੀ ਸੱਚੀ ਸਰਕਾਰ ਨੇ ਜੋਰਾਵਾਰ ਫਤੇ ਸਿੰਘ ਜੀਤ ਤੇਜ ਜਾਰੀ ਨੇ ਸੱਟਾ ਉੱਤੇ ਸੱਟਾ ਮਾਤਾ ਗੁਜਰੀ ਸਹਾਰੀਆਂ ਕਿਸ ਮੁੱਲ ਮਿਲਿਆ ਨੇ ਸਿੰਘੋ ਸਰਦਾਰੀਆਂ ਉਹਨਾਂ ਨੂੰ ਹੀ ਪਤਾ ਜਨਾ ਕੀਮਤਾਂ ਉਤਾਰੀਆਂ ਕਿਸਮੁੱਲੇ ਮਿਲਿਆਨੇ ਸੇ ਗੋ ਸਰਦਾਰੀਆਂ ਵਾਹ ਜੀ ਵਾਹ ਤੇ ਲਾਪਰੀਤ ਪਹਿਲਾਂ ਇਹ ਦੱਸੋ ਕੀ ਕੰਮ-ਕਾਰ ਕਰਦੇ ਹੋ ਪੜਦੇ ਹੋ ਹਜੇ ਕਿ ਵਿਹਲੇ ਹੋ ਵੀਰ ਜੀ ਨੇ ਸਟੱਡੀ ਦੇ ਨਾਲ-ਨਾਲ ਪਾਰਟ ਟਾਈਮ ਕੰਮ ਕਰਦਾ ਜੀ ਆਰਕੈਸਟਰਾ ਦੇ ਨਾਲ ਸਟੇਜ ਸੈਕਟਰੀ ਦਾ ਜੀ ਹਾਂ ਸਟੇਜ ਸੈਕਟਰੀ ਉਹਨਾਂ ਨਾਲ ਪਰਕੇ ਫੀਸਾਂ ਵਗੈਰਾ ਫਿਲ ਕਰਕੇ ਆਪਣੀ ਪੜਾਈ ਸਟੱਡੀ ਕਰੀ ਜੀ ਅੱਛਾ ਤੁਸੀਂ ਉੱਥੇ ਮਤਲਬ ਬਤੌਰ ਐਂਕਰ ਕੀ ਇਹਦੇ ਤੇ ਪਰਫਾਰਮ ਕਰਦੇ ਆਂ ਅੱਛਾ ਉਹਦੇ ਨਾਲ ਮਤਲਬ ਘਰ ਦੀ ਆਈ ਚਲਾਈ ਚੱਲਦੀ ਆ ਤੇ ਘਰ ਦੇ ਵਿੱਚ ਕੌਣ ਕੌਣ ਘਰ ਦੇ ਵਿੱਚ ਇੱਕ ਮੰਮੀ ਹੈ ਡੈਡੀ ਹੈ ਜੀ ਇੱਕ ਦਾਦਾ ਜੀ ਹੈ ਦਾਦੀ ਜੀ ਹੈ ਜੀ ਤੇ ਇੱਕ ਬ੍ਰਦਰ ਹੈ ਜੀ ਤੇ ਪਿਤਾ ਜੀ ਤੁਹਾਡੇ ਕੀ ਕੰਮ ਕਰਦੇ ਨੇ ਡੈਡੀ ਮੇਰੇ ਪ੍ਰਾਈਵੇਟ ਜੌਬ ਕਰਦੇ ਨੇ ਪਿੰਡ ਦੇ ਵਿੱਚ ਹੀ 7000 ਰੁਪਏ ਤਨਖਾਹ ਤੇ ਹਾਂ ਹਾਂਜੀ ਤੇ ਇਹ ਕਿਦੋਂ ਦਾ ਹੋਇਆ ਗਾਉਣ ਵਾਲੇ ਪਾਸੇ ਬਚਪਨ ਤੋਂ ਸੀ ਕਿਵੇਂ ਸੁਭਾਅ ਬਣਿਆ ਇਹ ਤਾਂ ਬਚਪਨ ਤੋਂ ਸੀਗਾ ਜੀ ਪਿੰਡ ਦੇ ਵਿੱਚ ਸੱਤਾਂ ਦੇ ਵਿੱਚ ਖਾੜੇ ਲਾਉਣੇ ਜਾਂ ਵੀ ਟੈਂਟ ਸਮਾਨ ਜਿਹਾ ਲਿਆ ਕੇ ਜੀ ਛੋਟੇ ਹੁੰਦੇ ਹਾਂ 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 ਏ ਮਾਨਸਾ ਜ਼ਿਲ੍ਹੇ ਦੀ ਜੇਸੀ ਗੱਲ ਕਰਦੇ ਆ ਬਹੁਤ ਸਾਰੇ ਕਲਾਕਾਰ ਪੈਦਾ ਕੀਤੇ ਆ ਖਾਸ ਕਰਕੇ ਹੁਣ ਤੋਂ ਨਹੀਂ ਪਹਿਲਾਂ ਤੋਂ ਹੀ بڑے ਕਲਾਕਾਰ ਇਸ ਏਰੀਏ ਨੇ ਪੈਦਾ ਕੀਤੇ ਆ ਤੁਹਾਨੂੰ ਕੀ ਲੱਗਦਾ ਜਿਹੜੀ ਇਹ ਚੀਜ਼ ਤੁਹਾਡੇ ਅੰਦਰ ਆਈ ਆ ਇੱਕ ਪਰਿਵਾਰ ਦੇ ਵਿੱਚ ਪਹਿਲਾਂ ਕੋਈ ਸੀ ਕਿਵੇਂ ਆ ਨਹੀਂ ਨਹੀਂ ਪਰਿਵਾਰ ਦੇ ਵਿੱਚ ਕੋਈ ਨਹੀਂ ਲਿਖਦਾ ਗਾਉਂਦੋ ਸੀ ਜੀ ਹਾਂ ਇਹ ਤਾਂ ਵਸਤ ਗਾਰਡ ਗਿਫਟੀ ਤੇ ਲਿਖਣ ਲੱਗੇ ਜੀ ਤੇ ਇੱਕ ਹੰਗਾਰਾ ਮੇਲਾ ਲੱਗੇ ਕਹਿੰਦੇ ਵਧੀਆ ਗਾਉਣਾ ਜੀ ਪਿੰਡ ਦੇ ਵਿੱਚ ਉਹਦੇ ਸੋਸ਼ਲ ਮੀਡੀਆ ਹੁੰਦਾ ਨਹੀਂ ਫੋਨ ਵੀ ਹੁਣ ਕਿਸ਼ਤਾਂ ਤੇ ਲਿਆ ਸੀ ਗਿਆ ਜੀ ਤੇ ਖਾੜੇ ਲਾਉਂਦੇ ਜਾਂ ਮੇਲੇ ਮਿਲ ਉਹ ਤੇ ਟਾਈਪ ਪੁੱਛ ਕੇ ਘੰਟਾ ਘੰਟਾ ਵੇਟ ਕਰੀ ਜਾਂਦੀ ਜਿੱਥੇ ਹੀ ਵਧੀਆ ਹੰਗਾਰਾ ਮਿਲਦਾ ਕਿ ਬਾਸ ਹੁੰਦੀਆਂ ਮੁੰਡਿਆਂ ਤੇਰੀ ਖਿੱਚੇਗਾ ਕੰਮ ਫਿਰ ਛੋਛੜੀ ਵੇਟ ਤੇ ਲੱਗੇ ਪਉਣ ਜੀ ਅੱਜ ਯਾਰ ਦੀ ਜਿੰਦੇ ਸਾਰੇ ਹੀ ਭਰਾ ਜੀ ਤੇ ਸੋਸ਼ਲ ਮੀਡੀਆ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸੋਸ਼ਲ ਮੀਡੀਆ ਤੇ ਬਾਈ ਜੀ ਮੈਨੂੰ ਮਾਨ ਬਠੰਡੇ ਵਾਲਾ ਬਾਈ ਵਾਇਰਲ ਕਰਕੇ ਗਿਆ ਸੀਗਾ 2020 ਦੇ ਵਿੱਚ 18 ਮਾਰਚ ਨੂੰ ਬਾਈ ਜੀ ਉਸ ਦਿਨ ਤੋਂ ਅੱਜ ਤਰੀਕ ਹੋ ਗਈ ਹੈ ਮੈਂ ਸੁਣਿਆ ਉਹਨਾਂ ਨੇ ਤੁਹਾਨੂੰ ਵਾਜਾ ਦਿਵਾ ਕੇ ਦਿੱਤਾ ਹਾਂ ਬਾਈ ਜੀ ਉਹਨਾਂ ਨੇ ਪ੍ਰੋਫੈਸਰ ਸਾਡੇ ਜਗਸੀਰ ਸਿੰਘ ਜੀ ਉਹਨਾਂ ਨੇ ਦਿੱਤਾ ਸੀਗਾ ਮਲੂਰਤਾ ਜੀ ਤੇ ਬਾਈ ਹੋਰਾਂ ਨੇ ਚੁਣੀ ਹਾਂ ਤੇ ਹੁਣ ਫਿਰ ਉੱਤੇ ਰਿਆਜ਼ ਕਰਦੇ ਹੋ ਹਾਂਜੀ ਵੀਰ ਜੀ ਉੱਤੇ ਰਿਆਜ਼ ਕਰਦੇ ਹਾਂ ਜੀ ਤੇ ਕਲਾਸਾਂ ਵੀ ਲਾਉਂਦੇ ਹੋ ਸਿੱਖਦੇ ਹੋ ਹਾਂਜੀ ਵੀਰ ਜੀ ਕਲਾਸਾਂ ਜੀ ਛੁੱਟੀਆਂ ਹੁੰਦੇ ਨੇ ਕਾਲਜ ਟਾਈਮ ਜਦੋਂ ਤੇ ਜਿੰਨਾ ਤੁਸੀਂ ਗਾਉਣੇ ਹੋ ਜਾਂ ਜਿਹੜੀਆਂ ਵੀਡੀਓਜ਼ ਤੁਸੀਂ ਪਾ ਕੇ ਜਿੰਨੀਆਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਕਰਦੇ ਹੋ ਉਹ ਲਿਖਦੇ ਵੀ ਆਪ ਹਾਂਜੀ ਮੈਂ ਲਿਖਦਾ ਵੀ ਆਪ ਹਾਂਜੀ ਕਿਹਵਰੀ ਜ਼ਿਆਦਾਤਰ ਮਾਸਟਰ ਪ੍ਰੋਫੈਸਰਾਂ ਦੇ ਹੁੰਦੇ ਨੇ ਜਸਵੀਰ ਮਾਨ ਜੀ ਓਕਾਰ ਸਿੰਘ ਤੇਜੇ ਜੀ ਹੋਗੇ ਜੀ ਉਹਨਾਂ ਦੇ ਗਾ ਲਈ ਦੀ ਜਿਹੜੇ ਵਧੀਆ ਚੀ ਲੱਗੇ ਜ਼ਿਆਦਾਤਰ ਮੇਰੇ ਆਪ ਦੀ ਹੁੰਦੇ ਆ ਜੀ ਫਿਰ ਇਹ ਲਿਖਣ ਵਾਲਾ ਵੀ ਪਹਿਲਾਂ ਤੁਸੀਂ ਹਾਂ ਲਿਖਣ ਵਾਲੇ ਪਹਿਲਾਂ ਤੁਸੀਂ ਤੇ ਇਹਦੇ ਲਈ ਜਿਵੇਂ ਤੁਸੀਂ ਮੈਂ ਛੋੜਾ ਛੋੜਾ ਤੁਸੀਂ ਧਾਰਮਿਕ ਵੀ ਗਾਉਣੇ ਹੋ ਸੋਸ਼ਲ ਵੀ ਗਾਉਣੇ ਹੋ ਇਹਦੇ ਲਈ ਫਿਰ ਪੜਦੇ ਹੋ ਹਾਂਜੀ ਸਰ ਸਾਇਰ ਲਿਟਰੇਚਰੀ ਪੜਦੇ ਜੀ ਪਤਾ ਲੱਗਦਾ ਰਹਿੰਦਾ ਵੀ ਆਹ ਚੀਜ਼ਾਂ ਵੀ ਸੀਗੀਆਂ ਇਹਨਾਂ ਕਿਆ ਤਾਂ ਬਾਕੀ ਲਿਟਰੇਚਰ ਪੜਦ ਕੇ ਹੱਡ ਬੀਤ ਜੱਗ ਬੀਤ ਯਾਦ ਕਰ ਲਿਖਦਾ ਜੀ ਮੈਂ ਜਿਹੜੀ ਲੋਕਾਂ ਬੇਚਰਦੇ ਰਹਿੰਦੇ ਨੇ ਕਿ ਆਹ ਉਹਦੇ ਬਾਪੂ ਨੂੰ ਬੁੜਾ ਕਹਤਾ ਕਲਾਕਾਰ ਨਾ ਉਹਨਾਂ ਮੇਰਾ ਉਸਤਾਦ ਹੈ ਗੀਤ ਲੇਖੀ ਸਿੱਖ ਮੈਂ ਕਿ ਬਾਪੂ ਹੋਏ ਬੁੜੇ ਕਲਾਕਾਰ ਉਸਤਾਦ ਨੇ ਇਤਿਹਾਸ ਦਾ ਪਤਾ ਨਹੀਂ ਹਾਏ ਗੀਤ ਸਭ ਯਾਦ ਨੇ ਬਾਪੂ ਹੋਏ ਬੁੜੇ ਕਲਾਕਾਰ ਉਸਤਾਦ ਨੇ ਇਤਿਹਾਸ ਦਾ ਪਤਾ ਨਹੀਂ ਆਏ ਗੀਤ ਸਭ ਜਾਦ ਨੇ ਲੀਡਰਾਂ ਨੇ ਲੀਡਰ ਖਰੀਦ ਦੇਣੇ ਵੋਟ ਮੁੱਲ ਨੂੰ ਗੌਣ ਵਾਲਾ ਖਰੀਦੇ ਵੀ ਉਫੇਕਣੂ ਅਕਲਾ ਕਰਨਿਆ ਜਿਲਿਆਂ ਚ ਵੰਡਤਾ ਧਰਮਾਂ ਚ ਲੀਡਰਾਂ ਦੇਸ਼ ਨੂੰ ਕਲਾ ਕਰਨਿਆ ਜਿਲਿਆਂ ਚ ਵੰਡਤਾ ਧਰਮਾਂ ਚ ਲੀਡਰਾਂ ਦੇਸ਼ ਨੂੰ ਉਤਸਾਹ ਜਿਹੜਾ ਕੁਝ ਸਮਾਜ ਦੇ ਵਿੱਚ ਹੋ ਰਿਹਾ ਉਹਨੂੰ ਵੀ ਲੈ ਕੇ ਤੁਸੀਂ ਹਾਂਜੀ ਹਾਂ ਸੋਚਦੇ ਹਾਂ ਫਿਰ ਇਹ ਤੁਹਾਨੂੰ ਕੀ ਲੱਗਦਾ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ ਜਾਂ ਖਾਸ ਕਰਕੇ ਹੀ ਖੇਤਰ ਵੱਲ ਕਿਉਂਕਿ ਤੁਸੀਂ ਰੁਚੀ ਰੱਖਦੇ ਹੋ ਗਾਇਕੀ ਵੱਲ ਤਾਂ ਜਿਹੜੇ ਗਾਇਕਾਂ ਦੇ ਗੀਤ ਆਉਂਦੇ ਆ ਉਹ ਵੀ ਦੇਖਦੇ ਹੋਵੋਗੇ ਕਿਸੇ ਨੇ ਲਖਾਰੀ ਨੇ ਵਧੀਆ ਲਿਖਿਆ ਉਹਨੂੰ ਵੀ ਫੋਲੋ ਕਰਦੇ ਹੋਵੋਗੇ ਕੀ ਲੱਗਦਾ ਤੁਹਾਨੂੰ ਅਸੀਂ ਦੋਨੇ ਕੁਝ ਇੱਕ ਹੰਟਣਾਂ ਕੀ ਦੋਸਤਾਂ ਤਰਨੇ ਵਾਲੇ ਦੇ ਕਲਾਕਾਰ ਵੀ ਨੇ ਮਾੜੀ ਤੇ ਕਿਉਂਕਿ ਜਿਹੋ ਜਿਹੇ ਲੋਕ ਚਾਹੁੰਦੇ ਨੇ ਉਹ ਜਾ ਗਾਈ ਜਾਂਦੇ ਨੇ ਜੀ ਹਾਂ ਫਿਰ ਦਿਲ ਵੀ ਟੁੱਟਦਾ ਕੀ ਵੀ ਇਹ ਸਾਡੇਰ ਕੌਣ ਪੁੱਛਦਾ ਪਰ ਜਿਹੜੇ ਭਰਾ 10 2000 ਰੁਪਏ ਲਾਈਕ ਕਰਦੇ ਨੇ 11 ਵਾਰਸ ਪਰ ਉਹਨਾਂ ਲਈ ਗਾਈਦਾ ਜੀ ਕਿ ਹੈਗੇ ਨੇ ਹਨ ਸੁਣ ਰਹੇ ਨੇ ਕਿ ਇਹ ਦੁਨੀਆ ਫੇਮਸ ਕਰਦੀ ਵੀਰਿਆ ਲੁੱੱਚੇ ਲੰਡਿਆਂ ਨੂੰ ਕੋਈ ਨਹੀਂ ਸੁਣ ਕੇ ਰਾਜੀ ਅੱਜਕੱਲ ਗਾਣੇ ਚੰਗਿਆਂ ਨੂੰ ਇਹ ਦੁਨੀਆ ਫੇਮਸ ਕਰਦੀ ਵੀਰਿਆ ਲੁੱੱਚੇ ਲੰਡਿਆਂ ਨੂੰ ਕੋਈ ਨਹੀਂ ਸੁਣ ਕੇ ਰਾਜੀ ਗਾਣੇ ਚੰਗਿਆਂ ਨੂੰ ਹਾਈ ਕਿੰਨੇ ਪਾਕ ਪਵਿੱਤਰ ਗਾਣੇ ਸੀ ਪੁੱਛੀ ਜਾ ਕੇ ਫੱਤੇ ਵਾਲਿਆ ਪੁਰਾਣੇ ਬੰਦਿਆ ਨੂੰ ਆ ਦੁਨੀਆ ਫੇਮਸ ਕਰਦੀ ਵੀਰਿਆ ਲੁੱਚੇ ਲੰਡਿਆਂ ਨੂੰ ਕੋਈ ਨਹੀਂ ਸੁਣ ਕੇ ਰਾਜੀ ਹਾਏ ਗਾਣੇ ਚੰਗਿਆਂ ਨੂੰ ਲਪਰੀ ਸੁੜੀ ਉਮਰ ਕਿੰਨੀ ਹੈ ਮੇਰੀ ਉਮਰ 20 ਸਾਲ ਹੈ ਜੀ ਬੜੇ ਹਾਜ਼ਰ ਜਵਾਬੋਂ ਇਹ ਗੁਣ ਕਿੱਥੋਂ ਆਇਆ ਇਹ ਵਾਸੀ ਵਾਹਿਗੁਰੂ ਦੀ ਕਿਰਪਾ ਦੀ ਮਾਂ ਸੱਚੇ ਪਾਸ਼ਾ ਮਹਾਰਾਜ ਦੀ ਤੇ ਇੱਕ ਅਕਸਰ ਤੁਹਾਡੀਆਂ ਵੀਡੀਓ ਦੇ ਵਿੱਚ ਵੀ ਆਈ ਸਮਾਈਲ ਰਹਿੰਦੀ ਆ ਖੁਸ਼ੀ ਰਹਿੰਦੀ ਆ ਚਿਹਰੇ ਦੇ ਤੇ ਇਹ ਕਿਵੇਂ ਆ ਇਹ ਵੀ ਆਪੀ ਆ ਇਹ ਵਾਸੀ ਪਿਆਰ ਕਿਉਂਕਿ ਬਾਈ ਜੀ ਜਿਹੜੀ ਜੀ ਮੇਰੇ ਕੋਲੇ ਹਨਾ ਉਹਦੇ 20 ਤੱਕ ਲਾਈਕ ਵੀ ਆਜ ਨੇ ਬਹੁਤ ਘੱਟ ਹੁੰਦੇ ਲੋਕ ਮੈਨੂੰ ਇੰਨਾ ਪਿਆਰ ਦੀ ਜਾਂਦੇ ਆ ਇੱਕ ਮਾਂ ਪਿਓ ਦੀ ਵੀ ਇੱਜ਼ਤ ਆ ਹਨ ਮੇਰੇ ਡੈਡ ਨੇ ਕਹਿੰਦੇ ਤੇਰਾ ਮੁੰਡਾ ਬਹੁਤ ਵਧੀਆ ਕੰਮ ਕਰੇ ਜੇ ਮਾਂ ਪਿਓ ਖੁਸ਼ ਨਹੀਂ ਤਾਂ ਸਭ ਤੋਂ ਵੱਡੀ ਖੁਸ਼ੀ ਹੈ ਕਿਉਂਕਿ ਬਈ ਮਾਂ ਪਿਓ ਨੂੰ ਖੁਸ਼ ਕਰਨ ਵਾਸਤੇ ਬੰਦਾ ਪੜਦਾ ਹੁੰਦਾ ਹਨਾ ਤੇ ਮਾਂ ਪਿਓ ਨੂੰ ਜਿੱਤੇ ਕਹਿੰਦਾ ਕਿ ਵਧੀਆ ਤੇਰਾ ਮੁੰਡਾ ਕਰ ਰਿਹਾ ਹਨਾ ਇੱਕ ਬੱਕਰੀ ਵਧੀਆ ਪਹਿਚਾਨਦਾ ਖੁਸ਼ ਹੀ ਰਹਿੰਦੇ ਕਿ ਮੈਂ ਮਾਂ ਪਿਓ ਦਾ ਨਾਮ ਵੀ ਇੱਛਾ ਹੋ ਰੇ ਮੇਰੇ ਕਰਕੇ ਜੇ ਮੈਂ ਇੱਕ ਹੋਰ ਸਵਾਲ ਕਰਾਂ ਕੀ ਲੱਗਦਾ ਤਰੱਕੀ ਕਿੰਨੀ ਕੁ ਦੂਰ ਖੜੀ ਆ ਬਈ ਇਹ ਲੈਵਲ ਤੇ ਤਰੱਕੀ ਇਹ ਚੀਜ਼ ਦੀ ਇਹ ਬਹੁਤ ਘੱਟ ਜਿਹੜੀ ਚੀਜ਼ਾਂ ਮੈਨੂੰ ਪਤਾ ਵੀ ਤੇ ਤਰੱਕੀ ਦੇ ਨਾਲ ਘਰ ਵੀ ਮਸਾ ਪੈਂਦੇ ਬਈ ਚੀਜ਼ਾਂ ਨਾਲ ਹਨ ਕਿਉਂਕਿ ਚਰਨ ਲਖਾਰੀ ਵਰਗੇ ਸਾਹਣ ਗੋਟੇ ਵਰਗੇ ਗੀਤ ਗਾ ਦੇਖ ਲੋਗੇ ਜਿਹੜੇ ਰੋਲੇ ਫਰਦੇ ਨੇ ਪਰ ਉਹਨਾਂ ਦੇ ਗਾ ਕੇ ਕਿੱਡੇ ਕਿੱਡੇ ਸਟਾਰ ਬਣੇ ਫਰਦੇ ਨੇ ਹਨ ਬਈ ਤੇ ਤਰੱਕੀ ਦੇ ਬਹੁਤ ਘੱਟ ਪਰ ਬਈ ਆਪਦੇ ਮਾਨ ਨੂੰ ਸਕੂਨ ਆਉਦੀ ਜਮੀਰ ਮਾਣਦੀ ਕਿ ਯਾਰ ਵਧੀਆ ਹਨ ਭੈਣ ਵੀ ਆਪਦੇ ਕਰੇ ਮਾਂ ਵੀ ਆਪਦੇ ਕਰੇ ਉਹਨੂੰ ਸੁਣਾਵਾਂਗੇ ਵਧੀਆ ਲੱਗੂਗਾ ਭੈਣੇ ਮਾਣ ਕਰੂ ਤੇ ਬਾਪੂ ਵੀ ਮਾਣ ਕਰੂ ਮੇਰੇ ਪਤਨੇ ਜਿੰਨਾ ਗਾਏ ਵਧੀਆ ਗਾਇਆ ਜੇ ਜ਼ਿੰਦਗੀ ਦੇ ਵਿੱਚ ਕੋਈ ਮੌਕਾ ਮਿਲਦਾਗਾ ਕੋਈ ਤੁਹਾਡੀ ਬਲੰਦੀ ਹੁੰ ਤੇ ਫਿਰ ਬਦਲ ਤਾਂ ਨਹੀਂ ਜਾਓਗੇ ਇਦਾਂ ਦੀ ਲਿਖੋਗੇ ਨਾ ਨਹੀਂ ਵੀਰ ਜੀ ਵਾਹਿਗੁਰੂ ਅਗੇ ਰਿੱਤੇ ਅਰਦਾਸ ਕਰੀ ਦੇ ਕੇ ਮੰਨ ਨੀਵਾ ਤੇ ਮਤ ਉੱਚੀ ਰੱਖੇ ਸੱਚੇ ਬਾਦਸ਼ਾਹ ਮਹਾਰਾਜ ਤੇ ਬਾਈ ਉਹੇ ਰਹਾਂਗੇ ਕਿ ਕਿ ਸੱਚੇ ਬਾਦਸ਼ਾਹ ਮਰ ਹੋਈ ਚੀਜ਼ ਗਾਵਾਂਗੇ ਜਿਹੜੀ ਅੱਜ ਕਰ ਰਹੇ ਹੋਈ ਕੱਲ ਗਾਵਾਂਗੇ ਬਾਈ ਕਈ ਵਾਰ ਉਹ ਹੋ ਜਾਂਦਾ ਹੈਗਾ ਇਹ ਫੀਲਡ ਦੇ ਵਿੱਚ ਚੱਲਦਾ ਬੌਂਡ ਹੋ ਜਾਂਦਾ ਬੰਦਾ ਕੰਟਰੈਕਟ ਵਗੈਰਾ ਸਾਈਨ ਹੋ ਜਾਂਦੇ ਜੇ ਉਹ じゃ ਕੋਈ ਹੋ ਗਿਆ ਸਾਹਮਣੇ ਫੇਰ ਮੁਸ਼ਕਲ ਦੇ ਵਿੱਚ ਨਹੀਂ ਫਸ ਜਾਓਗੇ ਨਹੀਂ ਨਹੀਂ ਵੀਰ ਜੀ ਪਹਿਲੀ ਸੰਭਾਲ ਕੇ ਚੱਲਾਂਗੇ ਹਨਾ ਦੇਖੋ ਇਹਨੇ ਅਕਲ ਤਾਂ ਹੈ ਨਹੀਂ ਕਿ ਪਰ ਫੇਰ ਵੀ ਪੁੱਛ ਗਿਛ ਕੇ ਚੱਲਾਂਗੇ ਰੇਕੇ ਸੰਤ ਭਾਈ ਜਿਹਨਾਂ ਤੇ ਸੋਚਿਆ ਸੀ ਪਹਿਲਾਂ ਜ਼ਿੰਦਗੀ ਦੇ ਵਿੱਚ ਜੋ ਬੱਚਾ ਬਚਪਨ ਦੇ ਵਿੱਚ ਹੁੰਦਾ ਹੈਗਾ ਵੀ ਹੁੰਦਾ ਹੈਗਾ ਵੀ ਮੈਂ ਮਾਸਟਰ ਬਣ ਜਾਾਂ ਡਾਕਟਰ ਬਣ ਜਾਾਂ ਜਾਂ ਨੌਕਰੀ ਮਿਲ ਜੇ ਕੀ ਸੋਚਿਆ ਸੀਗਾ ਵੀ ਮੈਸਟਰਾਂ ਵੀ ਮੈਸਟਰ ਲੱਗਣਾ 뮤జిక్ ਦਾ ਮੈਸਟਰ ਬਾਰੇ ਸੋਚਿਆ ਗੀਤ ਕਲਾਕਾਰੀ ਬਾਰੇ ਨਹੀਂ ਸੋਚਿਆ ਕਲਾਕਾਰੀ ਮਾਸਟਰ ਵੀ 뮤జిక్ ਦੀ ਹਾਂਜੀ ਮੈਂ ਮੇਜ ਕਿਹਾ ਕਲਾਕਾਰੀ ਤਾਂ ਬਈ ਬਹੁਤ ਮਹਿੰਗੀ ਤੇ ਕਰ ਦੇ ਲਾ ਦੇ ਕਲਾਕਾਰ ਗੀਤ ਗਾਉਣ ਜੋ ਕਿਸ਼ਤਾਂ ਦੇ ਫੋਨ ਲੈ ਤੇ ਗੀਤ ਤਾਂ ਸੋਚ ਵੀ ਨਹੀਂ ਸਕਦੇ ਬਈ ਹੂੰ ਕਿਸ਼ਤਾਂ ਦੇ ਕਿੰਨਾ ਟਾਈਮ ਹੋ ਗਿਆ ਫਿਰ ਫੋਨ ਲੈ ਨੂੰ ਬਈ ਸਾਲਕ ਹੋ ਗਿਆ ਬਈ ਫੋਨ ਸਾਲਕ ਹੋ ਗਿਆ ਹਾਂ ਤੇ ਉਹਦੇ ਤੇ ਹੀ ਤੁਸੀਂ ਵੀਡੀਓ ਬਣਾਉਣੇ ਹੋ ਉਸੇ ਦੀ ਵੀਡੀਓ ਤੇ ਬਾਈ ਪਿਆਰ ਦੇ ਲਾਗੇ ਲੋਕ ਬਾਈ ਮਾਨ ਬਟਿੰਡਰ ਸ਼ੇਅਰ ਕਰਦਾ ਹੁੰਦਾ ਸੀ ਕਿ ਤੇਰਾ ਮੇਰਾ ਪੇਜ ਬਾਈ ਤੇ ਬਸ ਉਹਦੇ ਬਾਈ ਕਰਕੇ ਪਿਆਰ ਮਿਲ ਜਾਂਦਾ ਹਾਂ ਕੋਈ ਚੰਗੀ ਚੀਜ਼ ਨੂੰ ਕਰਦਾ ਤਾਂ ਉਹਨੂੰ ਵੀ ਅਪਰੀਸ਼ੀਏਟ ਕਰਨਾ ਚਾਹੀਦਾ ਅੱਛਾ ਹੁਣ ਇਹ ਵੀ ਦੱਸ ਦੋ ਇੱਕ ਖਾਸ ਤੌਰ ਦੇ ਉੱਤੇ ਇਹ ਵੀ ਕਿਹਾ ਜਾਂਦਾ ਹੈਗਾ ਵੀ ਜਿਹੜਾ ਮੋਬਾਈਲ ਆ ਉਹ ਬੱਚਿਆਂ ਨੂੰ ਖਰਾਬ ਕਰ ਦਿੰਦਾ ਹੈਗਾ ਮੋਬਾਈਲ ਦਾ ਮੋਬਾਈਲ ਬਾਰੇ ਬੜਾ ਕੁਝ ਕਿਹਾ ਜਾਂਦਾ ਹੈਗਾ ਤੁਸੀਂ ਕਹਿ ਰਹੇ ਹੋ ਵੀ ਮੈਂ ਮੋਬਾਈਲ ਲਿਆ ਕਸ਼ਤਾਂ ਤੇ ਇਹ ਕੰਮ ਨੂੰ ਹਾਂਜੀ ਤੇ ਜਿਹੜੇ ਨੌਜਵਾਨ ਫਿਰ ਇਹ ਪਾਸੇ ਬੈਠੇ ਰਹਿੰਦੇ ਉਹ ਉਹਦਾ ਵੀ ਦੋਨੇ ਪਾਸੇ ਹਰ ਇੱਕ ਚੀਜ਼ ਦੇ ਫਾਇਦੇ ਵੀ ਤੇ ਹਰ ਇੱਕ ਚੀਜ਼ ਦੇ ਨੁਕਸਾਨ ਵੀ ਹੈ ਜੀ ਹਮ ਹੁਣ ਜੇ ਮੈਂ ਚੀਜ਼ ਕਾਣਾ ਕੋ ਮੈਨੂੰ ਵੀ ਕਰ ਗਾਲਾਂ ਦੇ ਕੰਮ ਕਰਲਾ ਕਰ ਜਿਹੜੇ ਕੰਮ ਪੜ ਪੜ ਲਿਆ ਕਰ ਪਰ ਜੇ ਉਹਨੂੰ ਨੈਟ ਤੇ ਪਾਉਣਾ ਹੈ ਨਾ ਜੀ ਬਾਪੂਰੀ ਦਿੰਦਾ ਕਿ ਵਧੀਆ ਪਾ ਰਿਹਾ ਉਹਦੇ ਮੇਰੇ ਸੱਚਾ ਵਾਚੀ ਹੈ ਹਾਂ ਉਹਦਾ ਆਪਣਾ ਮੈਂਡ ਵੀ ਕਿੱਧਰ ਲਾਉਣਾ ਹੈ ਨਾ ਬਾਈ ਹਮ ਤੇ ਮਾਤਾ ਪਿਤਾ ਫਿਰ ਕੀ ਕਹਿੰਦੇ ਨੇ ਡੈਡੀ ਵੀ ਕਹਿੰਦੇ ਚੱਕਰੀ ਚੱਲ ਕਾ ਹੁਣ ਵਧੀਆ ਵੀ ਵੀਡੀਓ ਹਨ ਪਿਆਰ ਸਤਕਾਰ ਦਿੰਦੇ ਨੇ ਜਾਂ ਲੋਕ ਮਿਲਣ ਆਉਂਦੇ ਨੇ ਤਾਂ ਕੁਝ ਹੀ ਨੇ ਕਿਹਾ ਸਾਡਾ ਮੁੰਡਾ ਵਧੀਆ ਕੰਮ ਕਰਾਉਣ ਲੱਗ ਪਿਆ ਇੱਕ ਕਮਾਈ ਦਾ ਸਾਧਨ ਵੀ ਆ ਇੰਟਰਨੈਟ ਇਹ ਵੀ ਵਧੀਆ ਚੀਜ਼ ਆ ਆਪਨ ਕਮਾਈ ਦਾ ਸਾਧਨ ਵੀ ਆ ਬਈ ਹਾਂ ਸਾਡੇ ਗਰੀਬ ਪਰਿਵਾਰਾਂ ਵਾਲੇ ਜਿਹੜੇ ਮਿਹਨਤ ਕਰਦੇ ਮਿਹਨਤ ਕਰੋ ਬਈ ਬਸ ਇੱਕ ਦਿਨ ਸਫਲਤਾ ਜ਼ਰੂਰ ਮਿਲੂਗੀ ਹੂੰ ਕੁਝ ਹੋਰ ਸੁਣਾ ਦਿਓ ਕੋਈ ਵਧੀਆ ਜੀ ਚੀਜ਼ ਵਧੀਆ ਸੁਣਾ ਦਣਾ ਜੀ ਗਵਰਨਮੈਂਟ ਤੇ ਸੁਣਾ ਦਣਾ ਬਈ ਜੀ ਸੁਣਾ ਦਿਓ ਕਿ 70 ਸਾਲਾਂ ਤੋਂ ਕਹਿ ਤਿੱਕ ਹੁਣ ਸੁਣੇ ਸੀਗੇ ਹਨਾ ਤੇ 50 ਦਿਨਾਂ ਤੋਂ ਹੁਣ ਲੋਕ ਇਹਨਾਂ ਨੂੰ ਵੀ ਮਾੜਾ ਕਹਿ ਰਹੇ ਨੇ ਸਾਡਾ ਹਲਕਾ ਸਰਦੂਲਗੜ੍ਹ ਸਰਦੂਲਗੜ੍ਹ ਜੀ ਹਾਂ ਗੁਰਪ੍ਰੀਤ ਸਿੰਘ ਬਨਾਲੀ ਐਮਐਲਏ ਨੇ ਕੇ ਪਾਪਿੰਡੀ ਵਿੱਚ ਵੈਰੀ ਲਿਆ ਬਣ ਗਿਆ ਕਾਂਗਰਸੀ ਤੋਂ ਕਾਲੀ ਜਿਹੜੇ ਮਰਜੀ ਆ ਜਾਣ ਓਏ ਕਹਿਣਗੇ ਹੈਕ ਜਾਣਾ ਖਾਲੀ ਪਾਪਿੰਡੀ ਵਿੱਚ ਵੈਰੀ ਲਿਆ ਬਣ ਗਿਆ ਕਾਂਗਰਸੀ ਤੋਂ ਕਾਲੀ ਜਿਹੜੇ ਮਰਜੀ ਆ ਜਾਣ ਓਏ ਕਹਿਣਗੇ ਹੈਕ ਜਾਣਾ ਖਾਲੀ ਨਾ ਬੇਰੁਜਗਾਰੀ ਖਤਮ ਹੋਈ ਬੇਲਾ ਤੁਰਿਆ ਫਿਰਦਾ ਮੁੰਡਾ ਰੰਗ ਬਦਲਦੇ ਪੱਗਾਂ ਦੇ ਇਸ ਤੋਂ ਵੱਧ ਕੇ ਕੁਝ ਨਹੀਂ ਹੁੰਦਾ ਰੰਗ ਬਦਲਦੇ ਪੱਗਾਂ ਦੇ ਇਸ ਤੋਂ ਵੱਧ ਕੇ ਕੁਝ ਨਹੀਂ ਹੁੰਦਾ ਜਿੰਨਾ ਸੱਚਾ ਤੁਸੀਂ ਲਿਖ ਰਹੇ ਹੋ ਤੁਹਾਨੂੰ ਪਤਾ ਸੱਚ ਤੇ ਕੱਚ ਚੁੱਭਦੇ ਬਹੁਤ ਹੁੰਦੇ ਆ ਬਿਲਕੁਲ ਹੀ ਤੰਗ ਤਾਂ ਨਹੀਂ ਹੋ ਰਹੇ ਤਾਂ ਕਿ ਬਈ ਵਾਹਿਗੁਰੂ ਤੇ ਪਰੋਸਾ ਬਈ ਠੀਕ ਹੈ ਨਾ ਤੇ ਧਮਕੀਆਂ ਬਾਰੇ ਵੀ ਫੋਨ ਆਉਂਦਾ ਹੈ ਕਿ ਗਾਈ ਜਨਾਂਗਾ ਕੀ ਕਰੀਏ ਨਾ ਤੇ ਤੈਨੂੰ ਕੀ ਪਤਾ ਕੀ ਬੋਲੀ ਜਨਾਂਗਾ ਪਰ ਤੇ ਰਣਜੀਤ ਬਾਪ ਪਰ ਵਾਹਿਗੁਰੂ ਹੈ ਤੇ ਕੋਈ ਕਿਰਪਾ ਨਹੀਂ ਪਰ ਬਈ ਐਡੀ ਸਥਿਤੀ ਇਹ ਕੀ ਹੋਣ ਲੱਗ ਗਿਆ ਧਮਕੀਆਂ ਇਹ ਕੋਈ ਆਉਂਦੇ ਰਹਿੰਦੇ ਬਈ ਕਿਹੜੀ ਗੱਲ ਕਰਕੇ ਕੋਈ ਖਾਸ ਟਿਪੀਕਲ ਤੁਸੀਂ ਕੁਝ ਗਾਇਆ ਹੋਵੇ ਉਹਦੇ ਕਰਕੇ ਵਿਵਾਦ ਹੋਇਆ ਹੋਵੇ ਆਈ ਆਉਂਦੇ ਰਹਿੰਦਾ ਬਈ ਸਰਕਾਰਾਂ ਦੇ ਵਿੱਚ ਤੈਨੂੰ ਪਰਚੀ ਦੇ ਕੇ ਅੰਦਰ ਠੋਕ ਦਾਂਗੇ ਐ ਕਹਿਣਾ ਤੂੰ ਜੇ ਉਹ ਕਰ ਦਾਂਗਾ ਪਰ ਵੀ ਦੱਸ ਦੇ ਬਈ ਆਗੀਤ ਤੋਂ ਬਾਅਦ ਆ ਆਗੀਤ ਬਾਅਦ ਵੀ ਆਉਂਦੇ ਬਈ ਇਹ ਜੇ ਕਾਗੇ ਵਿਚ ਵਿਚਾਈ ਜਾਂਦੇ ਹਮੇ ਪਰਸਾਂ ਚ ਤੇ ਵੀਡੀਓ ਪੈਸੇ ਤੇ ਬਾਮਣਵਾਦ ਦਾ ਹੋ ਗਿਆ ਕਿ ਮਾਂ ਬਾਪ ਨੂੰ ਪੁੱਛਿਆ ਨਹੀਂ ਕਿਦੇ ਪਾਣੀ ਤੇ ਦੁੱਧ ਬਾਮਣਾ ਮੂਰੇ ਕਾਣੂ ਧਰੀ ਜਾਣੈ ਪਾਠ ਪੜਦੇ ਤੇ ਸੁਣਦੇ ਨੂੰ ਨੀਂਦੇ ਆਉਂਦੀ ਓ ਚੌਂਕੀ ਪੂਬੜੇ ਸਾਦ ਦੀ ਕਿਉਂ ਭਰੀ ਜਾਣੈ ਰੌਲਾ ਕਰਦਾ ਸੀ ਘਰੇ ਨੇ ਬੇੜ ਲੈਂਦਾ ਤੇ ਹੁਣ ਤਰਲੇ ਸਿਪਾਈਆਂ ਦੇ ਕਰੀ ਜਾਣੈ ਮਾਂ ਬਾਪ ਦੇ ਬੋਲਦੇ ਨਿਤ ਮੂਰੇ ਤੇ ਉਧਰ ਜਨਾਨੀ ਕੋਲੋਂ ਡਰੀ ਜਨ ਇਹ ਵੀ ਕਹਿੰਦੇ ਬਾਹਮਣਵਾਦਾਂ ਕੋ ਦੁੱਧ ਧਰੀ ਜਾਂਦਾ ਫਿਰ ਸੱਚ ਹੁੰਦੀਆਂ ਹਨ ਨਾ ਹੋਈ ਕਿ ਮਾਂ ਬਾਪ ਨੂੰ ਨਹੀਂ ਪੁੱਛਦੇ ਅੱਜ ਕੱਲ੍ਹ ਹਾਂ ਤੇ ਫਿਰ ਘਰ ਦੇ ਨਹੀਂ ਕਹਿੰਦੇ ਵੀ ਇਹ ਹੋਰ ਕੰਮ ਕਰਨ ਲੱਗ ਗਿਆ ਤਾਂ ਪੁੱਠਾ ਵੀ ਨਹੀਂ ਨਹੀਂ ਘਰ ਦੇ ਸਹੀ ਨੇ ਆਪਦਾ ਮਾਂ ਬਾਪ ਨੂੰ ਪਾਣੀ ਪੁੱਛਦੇ ਫਿਰ ਪੁੱਛਾਂ ਨਹੀਂ 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 ਕਰੇ ਦੱਸ ਦਿਓ ਵੀ ਆ ਤੁਮ ਕਿਉਂ ਕਿਉਂਦੀਆਂ ਕਿ ਦੱਸਦੇ ਨਹੀਂ ਕਰੇ ਨਹੀਂ ਬਈ ਆਪਾਂ ਫੇਰ ਤੇ ਹੁਣ ਪਤਾ ਲੱਗ ਜੂਗਾ ਮੁਲਾਕਾਤ ਤੋਂ ਬਾਅਦ ਫੇਰ ਨਹੀਂ ਨਹੀਂ ਆਏ ਫੇਰ ਪਤਾ ਹੌਸਲੇ ਸਾਡੇ ਮਿੰਦੇ ਹੌਸਲੇ ਬੁਲਾਉਂਦਾ ਬਈ ਹਾਂ ਅੱਛਾ ਕਿੰਨੇ ਕ ਫੋਨ ਆਉਂਦੇ ਲੀਡਰਾਂ ਲੂਡਰਾਂ ਦੇ ਵੀ ਆਏ ਕਿਸੇ ਦੇ ਫੋਨ ਵੀ ਨਹੀਂ ਲੀਡਰਾਂ ਦੇ ਲੀਡਰਾਂ ਮਨ ਜਿਹੜੇ ਨਵੇਂ ਪਾਰਟੀ ਬਣਾਉਂਦੇ ਉਹਨਾਂ ਦੇ ਫੋਨ ਆਉਂਦੇ ਨੇ ਸਾਡੇ ਨਾਲ ਚੱਲਤ ਸਾਡੀ ਸਪੋਰਟ ਕਰ ਰਹੇ ਹਨਾ ਕਰਾਂ ਪਰ ਪੋਲਿਟੀਕਲ ਤੋਂ ਦੂਰ ਆ ਬਈ ਕਿਉਂਕਿ ਜਿਹੜੇ ਲੀਡਰ ਜਿਹੜਾ ਰਾਜਨੀਤੀ ਚ ਪੈਗਾ ਦੋਗਲਾ-ਪੋਗਲਾ ਹੁੰਦਾ ਉਹਨਾਂ ਦਾ ਪੀੜ ਤੱਕ ਮਤਲਬ ਹੁੰਦਾ ਕੋਈ ਜਾ ਤੁਨ ਸਿਆਣੇ ਬੰਦੇ ਚਾਰ ਨਹੀਂ ਪਰ ਉਹਨਾਂ ਜੀ 20 ਸਿਰ ਦੇਖ ਲੈ 20 ਸਿਰ ਆਕਣੀ ਐ ਸਿਆਣੇ ਬੰਦਾ ਕਣੀ ਨਹੀਂ ਹੋ ਗਏ ਹੂੰ ਤੁਸੀਂ ਉਹ ਉਮਰ ਤੋਂ ਵੱਧ ਕੇ ਕੀ ਗੱਲਾਂ ਸਿਆਣੀਆਂ ਕਰਦੇ ਹੋ ਇਹ ਕਿੱਥੋਂ ਆਇਨਾ ਬਸ ਵੀ ਸੱਥਾਂ ਦੇ ਵਿੱਚ ਬੈਠੇ ਆਗੇ ਵਾਪਸ ਸਾਡੇ ਮੇਰੇ ਘਰ ਕੋਲੇ ਸੱਤ ਆ ਗਏ ਤੇ ਬਜ਼ੁਰਗੇ ਤਾਸ ਗੁੱਟੀ ਆਨੇ ਉੱਥੇ ਬੈਠੇ ਕਿਉਂਕਿ ਪਤਾ ਤਾਂ ਹੁੰਦਾ ਬੰਦਾ ਸੱਤ ਦੇ ਵਿੱਚ ਬੈਠੇ ਬੰਦਿਆਂ ਸੱਤ ਦੇ ਬੈਠੇ ਬੰਦਿਆਂ ਪਿੰਡ ਦਾ ਸਾਰੀ ਪੀਤ ਹੁੰਦਾ ਹੈ ਉਹ ਗੱਲਾਂ ਜਿਹੜੇ ਬੜੇ ਸੀਸੀ ਟਾਈਪ ਕੈਮਰਾ ਨੇ ਗੂਗਲ ਤੋਂ ਜਿਹੜੀਆਂ ਗੱਲਾਂ ਨਹੀਂ ਮਿਲਦੇ ਬਾਪਿਆਂ ਤੋਂ ਮਿਲ ਜਾਂਦੀਆਂ ਨੇ ਬਈ ਆ ਬਾਪੂ ਵਰਗੇ ਬੈਠਾ ਮੈਨਾਂ ਤੋਂ ਮਿਲ ਜਾਂਦੇ ਉਹਨੇ ਤੇ ਗੱਲਾਂ ਦੇ ਟੋਟਕੇ ਬਣਾ ਕੇ ਫਿਰ ਗੀਤ ਵੀ ਤੇ ਰੂਪ ਚ ਪੇਸ਼ ਕਰੀ ਦੇ ਬਈ ਅੱਛਾ ਉੱਥੋਂ ਤੁਸੀਂ ਸਾਰਾ ਕੁਝ ਚੱਕ ਲੈਣ ਤੇ ਜਦੋਂ ਤੁਸੀਂ ਵੀਡੀਓ ਤੇ ਪਾਉਣੇ ਤੁਹਾਡੇ ਦਾਦਾ ਜੀ ਨਾਲ ਹੁੰਦੇ ਨੇ ਦਾਦਾ ਜੀ ਨਾਲ ਦਾਦਾ ਜੀ ਹੈਗੇ ਨੇ ਆਜੋ ਜੀ ਆਜੋ 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 ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਠੀਕ ਠਾਕ ਹੋ ਹਾਂਜੀ ਕਿਵੇਂ ਮੁੰਡਾ ਗਾਉਣ ਲੱਗ ਗਿਆ ਪਹਿਲਾਂ ਵਾਲੇ ਜਵਾਨੇ ਚ ਕਹੇ ਜਾਂਦਾ ਸੀ ਵੀ ਨਹੀਂ ਯਾਰ ਗਾਣਾ ਆਪਣੇ ਹੈ ਨਹੀਂ ਘਰਾਂ ਦਾ ਇਹ ਕੰਜਰ ਕੀਤਾਗਾ ਇਹਨੂੰ ਜੀ ਪਹਿਲੇ ਦਿਨ ਦਾ ਹੀ ਸ਼ੌਕ ਹੋ ਗਿਆ ਹਾਂ ਪਹਿਲੇ ਦਿਨ ਤੋਂ ਜਿਉਂ ਛੋਟਾ ਹੁੰਦਾ ਹੀ ਇਸੇ ਸ਼ੌਕ ਤੇ ਰਿਹਾ ਹਾਂ ਤੇ ਵਧੀਆ ਲੱਗਦਾਗਾ ਵਧੀਆ ਤੁਸੀਂ ਵੀ ਵੀਡੀਓ ਦੇ ਵਿੱਚ ਨਾਲ ਹੁੰਨੇ ਹੋ ਹਾਂ ਹੂੰ ਤੇ ਕੀ ਲੱਗਦਾ ਕਿ ਜਦੋਂ ਇਹ ਗਾਉਂਦਾਗਾ ਲਿਖਦਾਗਾ ਜਿਹੜੀਆਂ ਚੀਜ਼ਾਂ ਗਾਉਂਦਾਗਾ ਉਹ ਕਿਹੋ ਜਿਹੀਆਂ ਲੱਗਦੀਆਂ ਚੰਗੀਆਂ ਲੱਗਦੀਆਂ ਜੀ ਚੰਗੀਆਂ ਲੱਗਦੀਆਂ ਹਾਂ ਸੋਚਿਆ ਸੀ ਕਦੇ ਵੀ ਸਾਡੇ ਘਰ ਚੋਂ ਵੀ ਕੋਈ ਇਹ ਗਾਉਣ ਪਜਾਉਣ ਵਾਲੇ ਪਾਸੇ ਜਾਊ ਹਾ ਹਾਂ ਤੇ ਬਾਪੂ ਜੀ ਫਿਰ ਆਪਣੀ ਮਰਜ਼ੀ ਨਾਲ ਹੁੰਦਾ ਕਿ ਦੀ ਠੱਕੇ ਨਾਲ ਵੀਡੀਓ ਚ ਖੜਾ ਲੈਨੇ ਹੋ ਨਹੀਂ ਬਾਪੂ ਆਪਣੀ ਮਰਜ਼ੀ ਨਾਲ ਬਾਪੂ ਕਹਿੰਦਾ ਚੱਲ ਪੁੱਤ ਐ ਪਾਈਏ ਵੀਡੀਓ ਕਿ ਪਹਿਲਾਂ ਤਾਂ ਬਾਪੂ ਨੇ ਟੀਚਰਾਂ ਕਰ ਸ਼ੌਂਕ ਅੱਛਾ ਹਾਂ ਹਾਂ ਪਹਿਲਾਂ ਤਾਂ ਪੁੱਤ ਦੀ ਚੜਾਈ ਹੋ ਜੇ ਅੱਛਾ ਪੁੱਤ ਦੀ ਚੜਾਈ ਹੋ ਜੀ ਠੀਕ ਹੈ ਬੜਾ ਦਾ ਬਾਪੂ ਨੇ ਟੀਚਰਾਂ ਕਰ ਦਿੰਦੇ ਕੀ ਸਿਆਣੀ ਉੱਤੇ ਕੀ ਕਰ ਕਿਸ ਕਿੱਤਾ ਫੜ ਲਿਆ ਪਰ ਹੁਣ ਬਾਪੂ ਨੂੰ ਸਲਾਉਂਦੇ ਜਦੋਂ ਸਾਡੇ ਪਿੰਡ ਦੇ ਕਿਸੇ ਰਿਸ਼ਤੇਦਾਰ ਆਉਂਦੇ ਆ ਜਾਂ ਉਹਨਾਂ ਦੇ ਕਹਿੰਦੇ ਉਹ ਤੁਹਾਡੇ ਵਿਚਕਾਰ ਮਲਾ ਕੇ ਲੈਰ ਦਾਦੇ ਪੋਤੇ ਈੜ ਈੜ ਉਹਦਾ ਸੀਨਾ ਚਾਲਾ ਹੁੰਦਾ ਕਿ ਯਾਰ ਸਾਡੇ ਕਤਰ ਪਈਏ ਨਹੀਂ ਬਾਕੀ ਤੁਸੀਂ ਵਧੀਆ ਕੰਮ ਕਰ ਰਹੇ ਹੋ ਕੁਝ ਗਲਤ ਨਹੀਂ ਕਰ ਰਹੇ ਬਹੁਤ ਵਧੀਆ ਕਰ ਰਹੇ ਹੋ ਤੇ ਮੈਂ ਇੱਕੋ ਜ਼ਰੂਰ ਚਾਹੂੰਗਾ ਉਹ ਜਿਵੇਂ ਤੁਸੀਂ ਵੀਡੀਓ ਬਣਾਉਨੇ ਹੋ ਪਹਿਲਾਂ ਤੁਸੀਂ ਕੁਝ ਲੈਣਾ ਬੋਲਦੇ ਹੋ ਇੱਕ ਵੱਖਰਾ ਤਰੀਕਾ ਹੈਗਾ ਉਹ ਕਿਵੇਂ ਉਹ ਕਿੱਥੋਂ ਕਿ ਕਿਸੇ ਨੇ ਦੱਸਿਆ ਵੀ ਐਂ ਕਰਨਾ ਚਾਹੀਦਾ ਕਿ ਆਪਦੇ ਦਿਮਾਗ ਦੀ ਉਪਜਾ ਹੋ ਨਹੀਂ ਵੀਰ ਜੀ ਪਹਿਲਾਂ ਮੈਂ ਨਾ ਜੀ ਲਾਹਵੀਰੀ ਦੀ ਬਾਜ ਕੱਢਦਾ ਹੁੰਦਾ ਛੋਟੇ ਹੁੰਦੇ ਜੀ ਫਿਰ ਮੈਨੂੰ ਲਾਹਵੀਰੀ ਫਿਰ ਕਣਵਰ ਗਰੇਵਾਲ ਦੀ ਬਾਜ ਕੱਢਣ ਲੱਗ ਗਿਆ ਜੀ ਅੱਛਾ ਫਿਰ ਮੈਂ ਉੱਥੇ ਜੀ ਸਿੱਖਣ ਲੱਗਿਆ ਮੈਨੂੰ ਕਹਿੰਦੇ ਕਾਕਾ ਆਪਦਾ ਸਟਾਈਲ ਬਣਾ ਕੋਈ ਕਹਿੰਦੇ ਕਿਸੇ ਦੀ ਰੀਸ ਥੋੜੀ ਕਰਦੇ ਹੁੰਦੇ ਆ ਫਿਰ ਮੈਂ ਉੱਥੇ ਝੱਜਕ ਲੱਗੀ ਕਿ ਮੈਂ ਆਖਿਆ ਯਾਰ ਸੋਸ਼ਲ ਮੀਡੀਆ 'ਚ ਪਹਿਲਾਂ ਉਹ ਵੀ ਵੀਡੀਓ ਪਾਉਂਦਾ ਹੁੰਦਾ ਜਿਵੇਂ ਇੰਨੇ ਚੱਲਦੇ ਜਾਂਦੇ ਸੀ ਮਤਲਬ ਅਪਡੇਟਿੰਗ ਜੀ ਪਾਦੀ ਉਹ ਚੱਲ ਪੈਂਦੀ ਹੁੰਦੀ ਸੀ ਕੋਈ ਬੱਕਰੀ 'ਚ ਪਾਉਂਦੇ ਚੱ ਸੋਚਿਆ ਕਿ ਮੈਂ ਆਪਦਾ ਵੱਖਰਾ ਤਰੀਕਾ ਲਿਆਵਾਂ ਯਾਰ ਕੋਈ ਵੀ ਪਰਿਵਾਰ ਨਾਲ ਬਹਿ ਕੇ ਕਿ ਅੱਜਕੱਲ ਪਰਿਵਾਰ ਤਾਂ ਟੁੱਟਿਆ ਨਾ ਕੋਈ ਆ ਬਾਪੂ ਨਾਲ ਬਹਿ ਕੇ ਨੇ ਖੁਸ਼ ਕੋਈ ਮਾਂ ਨਾਲ ਗੱਲਾਂ ਕਰਕੇ ਰਿਕ ਬੰਦਾ ਫੋਨਾਂ ਤੇ ਲੱਗਿਆ ਹੁੰਦਾ ਨਾ ਫਿਰ ਮੈਂ ਕਿ ਰਿਸ਼ਤੇ ਨਾਲ ਇੱਕ ਰਿਸ਼ਤੇ ਦਾ ਸੁਨੇਹਾ ਜਾਂਦਾ ਕਿ ਸਾਰੇ ਭੈਣ ਭਰਾ ਇਕੱਠੇ ਬੈਠੇ ਨੇ ਤੇ ਨਾਲੇ ਉਹ ਗੱਲਾਂ ਬਾਤਾਂ ਜੀਤਾ ਹੁੰਦੇ ਨੇ ਜਿਹੜੀਆਂ ਆਪਾਂ ਕਰਦੇ ਇੱਕ ਸੋਸ਼ਲ ਮੀਟਿੰਗਾਂ ਕਰਕੇ ਜੀ ਸੋਚੀ ਜਾਂਦੇ ਤੇ ਘਰ ਦੇ ਫਿਰ ਬਾਪੂ ਜੀ ਹੁਣੇ ਜਾਂ ਜਿਹੜੀ ਕੁੜੀ ਆ ਤੁਹਾਡੇ ਨਾਲ ਉਹ ਤੁਹਾਡੀ ਸਿਸਟਰ ਹ ਹਾਂ ਜੀ ਸਿਸਟਰ ਹਾਂ ਤੇ ਉਹ ਬੱਚਾ ਹੁੰਦਾ ਇੱਕ ਉਹ ਬ੍ਰਦਰ ਹੈ ਜੀ ਹਾਂ ਤੇ ਉਹ ਫਿਰ ਮੰਨ ਗਏ ਪਰਿਵਾਰ ਵਾਲੇ ਅਲਕਨ ਕੋਈ ਚੱਕਰ ਨਹੀਂ ਅਸੀਂ ਵਧੀਆ ਚੀਜ਼ ਪਹਿਲਾਂ ਘਰੇ ਦਿਖਾਉਣੇ ਗਿਆ ਜੀ ਪਾਵਾਂਗੇ ਜਿੱਦੋਂ ਫਿਰ ਅੱਛਾ ਪਹਿਲਾਂ ਘਰੇ ਦਿਖਾਉਣੇ ਮਾਤਾ ਪਿਤਾ ਨੂੰ ਦਿਖਾਉਣੇ ਮਾਤਾ ਪਿਤਾ ਨੂੰ ਦਿਖਾ ਕੇ ਪਾਸ ਕਰਾ ਕੇ ਜਾਂ ਦੋਸਤਾਂ ਨੂੰ ਵਧੀਆ ਫਿਰ ਦੱਸਦੇ ਬਈ ਇੱਥੇ ਇਹ ਗਲਤੀ ਹੁੰਦੀ ਸੀ ਯਾਰ ਬਈ ਇੱਥੇ ਆ ਕਰਦਾਂ ਫਿਰ ਉਹ ਸੁਧਾਰ ਕਰਦੇ ਬਈ ਫਿਰ ਪਾਉਣੇ ਅੱਛਾ ਕਾਫੀ ਟਾਈਮ ਲੱਗਦਾ ਕੋਈ ਕਾਫੀ ਟਾਈਮ ਲੱਗਦਾ ਬਈ ਹੂੰ ਤੇ ਡੇਲੀ ਪਾਉਣੇ ਕੰਟੈਂਟ ਨਹੀਂ ਡੇਲੀ ਨਹੀਂ ਬਈ ਡੇਲੀ ਦੇ ਚੀਜ਼ ਉਹ ਕੱਟ ਤਿੰਨ ਚਾਰ ਦਿਨ ਬਾਅਦ ਪਾਈ ਜਾਂਦੇ ਨੇ ਹੂੰ ਫਿਰ ਲਿਖਣ ਲਈ ਵੀ ਸਮਾਂ ਚਾਹੀਦਾ ਸਰ ਲਿਖਣ ਲਈ ਫਿਰ ਕੰਮ ਕਰ ਬਹੁਤ ਜਰੂਰੀ ਨੇ ਕਿ ਪ੍ਰ ਨੜੇ ਸਟੱਡੀ ਕਰਦੇ ਹਾਂ ਨੜੇ ਸਿੱਖਦੇ ਹਾਂ ਨੜੇ ਨਾਲ ਸਟੇਜ ਕਰਦੇ ਹਾਂ ਹਾਂਜੀ ਹੂੰ ਤੇ ਉੱਥੇ ਫਿਰ ਗਾਉਣ ਦਾ ਮੌਕਾ ਵੀ ਮਿਲ ਜਾਂਦਾ ਹਾਂਜੀ ਮੈਂ ਉੱਥੇ ਲੋਕ ਪਹਿਚਾਨ ਕੱਢ ਲੈਂਦੇ ਆ ਵੀ ਆ ਲਾਫਰੀ ਤੂੰ ਹੀ ਮੁੰਡਾਂ ਕੇ ਵੀ ਸੁਨਾ ਸਾਡੇ ਵਿਆਹ ਚ ਫਿਰ ਉੱਥੇ ਸੁਣਾਉਣਾ ਪੈਂਦਾ ਵੀ ਹਾਂ ਉਹ ਵੀ ਵਧੀਆ ਚੀਜ਼ ਚੀਜ਼ ਆ ਤੇ ਮੈਂ ਚਾਹੂੰਗਾ ਵੀ ਆਪਾਂ ਉਹ ਬੱਚੇ ਵੀ ਨੇ ਨਾਲ ਉਹਨਾਂ ਨੂੰ ਵੀ ਬੁਲਾ ਲਈਏ ਇੱਥੇ ਵੀ ਉਹਦਾਂ ਦਾ ਹੀ ਕੁਛ ਕੋਈ ਜੇ ਨਵੀਂ ਚੀਜ਼ ਹੋਵੇ ਚਾਹੇ ਕੋਈ ਪੁਰਾਣੀ ਚੋਂ ਜਿਵੇਂ ਤੁਹਾਡਾ ਦਿਲ ਕਰਦਾ ਅੱਛਾ ਇਹ ਤੁਹਾਡੇ ਸਿਸਟਰ ਨੇ ਉਹ ਬ੍ਰਦਰ ਨੇ ਆਜੋ ਜੀ ਆਜੋ ਚਾਹੇ ਪਿੱਛੇ ਆਜੋ ਨਾਲ ਆਜੋ ਇੱਥੇ ਆਜੋ ਕੁੜੀਆ ਤੁਸੀਂ ਤੁਸੀਂ ਕਿਹੜੀ ਕਲਾਸ ਚ ਪੜ੍ਹਦੇ ਹੋ? 8ਥ ਕਲਾਸ ਚ ਪੜ੍ਹਦੇ ਹਾਂ। ਜੀ। ਮੈਂ ਚਾਹੂੰਗਾ ਥੋੜਾ ਜਿਹਾ ਵਾਈਡ ਫਰੇਮ ਕਰ ਲੈਣ ਤਾਂ ਉਹ ਉਵੇਂ ਹੀ ਜਿਵੇਂ ਤੁਸੀਂ ਕਰਦੇ ਹੋ ਕੀ ਗੱਲਬਾਤ ਪਹਿਲਾਂ ਕਰਦੇ ਹੁੰਦੇ ਹੁਣ ਕੋਈ ਵੀ ਚੀਜ਼। ਭੈਣੇ ਤੂੰ ਵੱਡੀ ਹੋ ਕੇ ਕੀ ਬਣੇਗੀ? ਮੈਂ ਤਾਂ ਭੈਣ ਬਣੂੰਗੀ। ਕਿਉਂ? ਤੂੰ ਭਰਾ ਬਣੀ ਹਮੇਸ਼ਾ ਮੇਰੇ ਕੋਲ ਰਿਹਾ ਕਰੇਂਗੀ। ਬਾਈ 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 ਜੋ ਹੁੰਦੇ ਨੇ ਉਹ ਲੋ ਵੱਡੇ ਹੋ ਕੇ ਸ਼ਰੀਕ ਬਣ ਜਾਂਦੇ ਨੇ। ਠੀਕ ਐ। ਹੂੰ। ਪੁੱਛਦੀ ਐ ਮਾਂ ਤੇਥੋਂ ਧੀ ਤੇਰੀ ਗੱਲ ਨਹੀਂ ਵੀਰੇ ਵੀਰੇ ਲੜਦੇ ਸੀ ਕਿਹੜੀ ਗੱਲੋਂ ਕੱਲਣੀ ਮੁੱਢ ਤੋਂ ਐ ਚੱਲੀ ਜਾਏ ਕਿਸੇ ਨੇ ਚਲਾਈ ਮੁੱਢ ਤੋਂ ਐ ਚੱਲੀ ਜਾਏ ਕਿਸੇ ਨੇ ਚਲਾਈ ਜੱਗ ਵਿੱਚ ਪੈੜੀ ਹਾਏ ਰੀਤ ਮੇਰੀ ਮਾਂ ਨਿੱਕੇ ਨਿੱਕੇ ਪਾਈਆਂ ਦਾ ਪਿਆਰ ਕਿੰਨਾ ਹੁੰਦਾ ਕਾਹ ਤੋਂ ਵੱਡੇ ਹੋ ਕੇ ਬਣਦੇ ਸ਼ਰੀਕ ਮੇਰੀ ਮਾਂ ਛੋਟੇ ਛੋਟੇ ਭਾਈਆਂ ਦਾ ਪਿਆਰ ਕਿੰਨਾ ਹੁੰਦਾ ਕਾਤੋਂ ਵੱਡੇ ਹੋ ਕੇ ਬਾਣੀ ਦੇ ਸ਼ਰੀਕ ਮੇਰੀ ਮਾਂ ਇਹ ਥੋੜਾ ਇੱਕ ਵੱਖਰਾ ਸਟਾਈਲ ਆ ਪਹਿਲਾਂ ਤੁਸੀਂ ਪੇਸ਼ਕਾਰੀ ਕਰਦੇ ਹੋ ਇੱਕ ਨਾਟਕ ਦੇ ਰੂਪ ਦੇ ਵਿੱਚ ਫਿਰ ਇਹ ਇੱਕ ਤੁਸੀਂ ਥੋੜਾ ਹੋਰ ਵੀ ਵਾਇਰਲ ਹੋਇਆ ਸੀ ਕੁਝ ਤੁਸੀਂ ਯੋਧਿਆਂ ਤੇ ਲਿਖਿਆ ਸੀ ਕੁਰਬਾਨੀ ਤੇ ਉਹ ਜ਼ਰੂਰ ਚਾਹੂੰਗਾ ਉਹ ਸਾਰਾ ਸਾਰਾ ਯਾਦ ਆ ਤੁਹਾਡੇ ਮੈਂ ਸਾਰਾ ਚਾਹੂੰਗਾ ਵੀ ਸਾਰਾ ਸੁਣਾਓ ਛੋਟੇ ਭਰਾ ਬੱਬੂ ਮਾਨ ਨੂੰ ਜਾਣਦਾ ਹੈ ਹਾਂ ਭਾਈ ਕੌਣ ਆਓ ਉਸਤਾਦ ਆ ਬਈ ਦੁਨੀਆ ਦਾ ਤੇ ਤੂੰ ਲਾਲੀਖੰਡ ਨੂੰ ਜਾਣਦਾ ਯਾਰ ਨਾ ਬਈ ਯਾਰ ਸੁੱਖੇ ਜਿੰਦੇ ਨੂੰ ਨਾ ਬਈ ਹਵਾਰਾ ਭਾਈ ਜਗਤਾਰਾ ਹਵਾਰਾ ਤਾਂ ਜਾਣਦਾ ਹਾਂਗਾ ਨਾ ਬਈ ਯਾਰ ਮੈਂ ਤਾਂ ਨਹੀਂ ਪੜਿਆ ਨਾ ਉਹਦੇ ਬਾਰੇ ਸੁਣਿਆ ਕਦੀ ਬਈ ਯਾਰ ਅੱਛਾ ਯਾਰ ਹਾਂ ਬਈ ਕਿ ਖੰਟ ਵਾਲਾ ਮਾਣ ਉਸਤਾਦ ਕਈਆਂ ਦਾ ਪਰ ਜਾਣਦੇ ਨਹੀਂ ਲੋਕੀ ਇੱਥੇ ਲਾਲੀਖੰਡ ਨੂੰ ਫਿਲਮਾਂ ਦੇ ਵਿੱਚ ਨੇ ਸਟਾਂਟ ਵੇਖਦੇ ਛੱਡ ਸੁੱਖੇ ਜਿੰਦੇ ਵਾਲੇ ਹੰਟ ਤੇ ਸਟਾਂਟ ਨੂੰ ਉਹਨਾਂ ਨੇ ਕਿ ਪੁੰਨੇ ਜਾ ਕੇ ਵੈਰੀ ਘੇੜਨੇ ਉਹਨਾਂ ਨੇ ਕਿ ਪੁੰਨੇ ਜਾ ਕੇ ਵੈਰੀ ਘੇੜਨੇ ਜਿਹੜੇ ਚੰਡੀਗੜ੍ਹ ਗੇੜੀਆਂ ਦੀ ਮਾਰ ਹੋ ਗਏ ਗੌਣ ਵਾਲੇ ਜਦੋਂ ਦੇ ਸਟਾਰ ਹੋ ਗਏ ਥਾਂ ਜੋਧਿਆਂ ਦੇ ਐਡਲ ਨਚਾਰ ਹੋ ਗਏ ਉਹਨਾਂ ਨੇ ਅਫਦਾਲੀ ਦਾ ਕਿਰਾ ਰੋਕਣਾ ਜਿਹੜੇ ਭਈਆਂ ਮੂਰੇ ਵੇਖ ਲੋ ਲਚਾਰ ਹੋ ਗਏ ਗਾਉਣ ਵਾਲੇ ਜਦੋਂ ਦੇ ਸਟਾਰ ਹੋ ਗਏ ਥਾ ਜੋਦਿਆਂ ਦੀ ਆਡਲ ਨਚਾਰ ਹੋ ਗਏ ਕਿੱਥੇ ਮੂਸਾ ਪਿੰਡ ਜਿੱਤੇ ਹੋਇਆ ਸੀ ਮੁਕਾਬਲਾ ਹੌਲੀ ਹੌਲੀ ਲੋਕੀਓ ਚਬਾਰਾ ਪੁੱਲ ਗਏ ਵੇਖਣ ਜਾਂਦੇ ਨੇ ਹਵੇਲੀ ਸਿੱਧੂ ਦੀ ਕਿਹੜੇ ਏਰੀਏ ਚ ਪੈਂਦਾ ਓਏ ਹਵਾਰਾ ਪੁੱਲ ਗਏ ਮੁੜੀ ਇਤਿਹਾਸ ਲਿਖੇ ਜਾਣਾ ਜੇ ਪੁਲਿਸ ਦੇ ਟੋਟਾਂ ਦੇ ਯਾਰ ਹੋ ਗਏ ਪੁਲਿਸ ਦੇ ਟੋਟਾਂ ਦੇ ਯਾਰ ਹੋ ਗਏ ਗਾਉਣ ਵਾਲੇ ਜਦੋਂ ਦੇ ਸਟਾਰ ਹੋ ਗਏ ਥਾਂ ਜੋਧਿਆਂ ਦੀ ਐਡਲੇ ਨਿਚਾਰ ਹੋ ਗਏ ਉਹਨਾਂ ਨੇ ਕਿ ਅਬ ਦਾਲੀਆਂ ਦਾ ਰਾਹ ਰੋਕਣਾ ਜਿਹੜੇ ਭਈਆਂ ਮੂਰੇ ਵੇਖ ਲੋਲਚਾਰ ਹੋ ਗਏ ਜਿਹੜੇ ਭਈਆਂ ਮੂਰੇ ਵੇਖ ਲੋਲਚਾਰ ਹੋ ਗਏ ਹੂੰ ਬਹੁਤ ਖੂਬ ਬਹੁਤ ਖੂਬ ਜਿਹੜਾ ਫਿਰ ਇਹ ਸਰਚ ਕਰਦੇ ਹਾਂ ਇਹ ਕਿ ਕਿੱਥੋਂ ਪਤਾ ਲੱਗਿਆ ਆ ਪੁੰਨੇ ਮੁਕਾਬਲਾ ਹੋਇਆ ਜਾਂ ਬਾਈ ਬੜੀਆਂ ਫਿਲਮਾਂ ਤੋਂ ਜਿਆਦਾ ਪਤਾ ਲੱਗਦਾ ਬਾਈ ਜੀ ਹਾਂ ਫਿਲਮਾਂ ਜੀ ਰਣਜੀਤ ਸਿੰਘ ਉਹਨੇ ਕੱਢੀ ਸੀ ਆ ਭਾਈ ਬਾਈ ਰਣਜੀਤ ਬਾਪੇ ਨੇ ਗੱਡੀ ਫਿਲਾਂ ਨਾ ਤਾਨ ਸਿੰਘ ਉਹ ਜੀਜਾ ਬੜਾ ਯਾਤਰਾ ਸਰਚ ਹੋਈ ਨੇ ਬਾਈ ਕੀ ਚੀਜ਼ ਹੋਈ ਸੀ ਦੇਖ ਕੇ ਤਾਂ ਜਿਆਦਾ ਪਤਾ ਲੱਗਦਾ ਪਰ ਇਹ ਤਾਂ ਹੀ ਕਰਦਾ ਭੁੱਲ ਜਾਂਦਾ ਹਾਂ ਦੋ ਕਰ ਹਾਂ ਦੇਖ ਕੇ ਤਾਂ ਵੀ ਇਹ ਫਿਲਮਾਂ ਕੱਢਣੇ ਚਾਹਦੇ ਪਰ ਸਾਡੇ ਲੋਕ ਮੁੱਲ ਨਹੀਂ ਪਾਉਂਦੇ ਚੰਗੇ ਜੀਜੇ ਨੂੰ ਮੁੱਲ ਪਾਇਆ ਕਰ ਹਣਾ ਬਾਈ ਇਹ ਬੇਨਤੀ ਕਰਦੇ ਨਾਲ ਦੀ ਨਾਲ ਹਾਂ ਘੱਟ ਮੁੱਲ ਪੈਂਦਾ ਹੈ ਘੱਟ ਮੁੱਲ ਪੈਂਦਾ ਬਾਈ ਹੁਣ ਚਾਰ ਸਾਹਿਬ ਜਾਂ ਦੀ ਫਿਲਮ ਦੇਖ ਲਓ ਕਿੰਨੀ ਕੀ ਤੇ ਬਾਪੂ ਜੀ ਹੁਣ ਵੀ ਦੱਸਦੇ ਰਹਿੰਦੇ ਵੀ ਆਏ ਹੋਇਆ ਸੀ ਆਹ ਏਰੀਏ 'ਚ ਆਏ ਹੋਇਆ ਹਾਂ ਬਾਪੂ ਜੀ ਆਰ ਕਹਿੰਦੇ ਬਹੁਤ ਚੀਜ਼ਾਂ ਮਿਲਦੇ ਕਿ ਸਾਡੇ ਵੀ ਇਹ ਚੀਜ਼ਾਂ ਹੁੰਦੀਆਂ ਸੀਗੇ ਹਾਂ ਹਾਂ ਬਾਪੂ ਜੀ ਹਾਂਜੀ ਜਿਹੜਾ ਖਾਸ ਕਰਕੇ ਦੌਰ ਸੀਗਾ ਉਦੋਂ 84 ਤੋਂ ਬਾਅਦ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਦੌਰ ਸੀਗਾ ਜਾਂ ਸਿੱਖ ਕਤਲੇਆਮ ਤੋਂ ਬਾਅਦ ਨਸਲ ਕੁਸ਼ੀ ਤੋਂ ਬਾਅਦ ਜਿਹੜਾ ਦੌਰ ਸੀ ਉਹ ਚੀਜ਼ਾਂ ਵੀ ਫਿਰ ਦੱਸਦੇ ਆ ਆਪਣੇ ਪੋਤੇ ਨੂੰ ਵੀ ਏਦਾਂ ਦਾ ਮਾਹੌਲ ਸੀ ਦਾਦੇ ਆ ਨਾ ਹੂੰ ਜਿ ਆਇਆ ਹੋਇਆ ਪਹਿਲਾਂ ਆਇਆ ਹੋਇਆ ਹੂੰ ਵਧੀਆ ਲੱਗਦਾ ਜਦੋਂ ਯੋਧਿਆਂ ਬਾਰੇ ਦੱਸਦਾ ਹੈਗਾ ਹਾਂ ਹਾਂ ਹੂੰ ਜੀ ਲਾਪਰੀਤ ਮੈਨੂੰ ਇੱਕ ਗੱਲ ਹੋਰ ਦੱਸਿਓ ਕਦੇ ਕਿਸੇ ਸਿੰਗਰ ਦਾ ਕਲਾਕਾਰ ਦਾ ਗੀਤਕਾਰ ਦਾ ਜਿਹਨੂੰ ਦੁਨੀਆ ਜਾਣਦੀ ਆ ਤੁਹਾਨੂੰ ਫੋਨ ਆਇਆ ਹੋਵੇ ਜਾਂ ਦੱਸਿਆ ਹੋਵੇ ਵੀ ਹਾਂ ਆ ਤੂੰ ਸਹੀ ਕਰ ਰਹਾਗਾ ਨਹੀਂ ਨਹੀਂ ਹਜੇ ਤੱਕ ਕਿਸੇ ਕਲਾਕਾਰ ਦਾ ਨਹੀਂ ਕਿਸੇ ਦਾ ਨਹੀਂ ਆਇਆ ਕਿਸੇ ਦਾ ਕੋਈ ਵੈਸੇ ਗਲਤੀ ਸੁਧਾਰਨ ਵਾਸਤੇ ਵੀ ਇਥੋਂ ਆ ਚੀਜ਼ ਸਹੀ ਕਰਲਾ ਗਲਤ ਨਹੀਂ ਨਹੀਂ ਹਜੇ ਤੱਕ ਨਹੀਂ ਕਿ ਨਾਮੀ ਕਲਾਕਾਰ ਦਾ ਕਿਸੇ ਦਾ ਨਹੀਂ ਤੇ ਮਿਲੇ ਹੋ ਕਦੇ ਕਿਸੇ ਨੂੰ ਹਾਂਜੀ ਜਦ ਮਿਲਦੇ ਰਹਿੰਦੇ ਨੇ ਪ੍ਰੋਗਰਾਮ ਕਲਾਕਾਰ ਦੇ ਬਰੂਬਰ ਮੈਨੂੰ ਸੱਦਿਆ ਹੁੰਦਾ ਜੀ ਕੀ ਹੋਰ ਇਧਰ ਅੱਛਾ ਹਾਂਜੀ ਵੀ ਆਲਾ ਕਹਿੰਦਾ ਹੈ ਕੌਣਾ ਫਿਰ ਇਹ ਵਰਤੋ ਗਰੀ ਪੂਰੀ ਚੜਾਈ ਆ ਫਿਰ ਤੇ ਤੇਰੀ ਹਜੇ ਤੇ ਕਿਰਪਾ ਵਾਹੀ ਗੁਰਦੀ ਹਾਂ ਕਿ ਕਿਦੇ ਬਰੋਬਰ ਕਹਦੇ ਸੱਧਿਆਗਾ ਜਾਂ ਕਿ ਕਿਹਦੇ ਨਾਲ ਗਲਕ ਬਾਈ ਟਾਈਗਰ ਹੋ ਗਿਆ ਸਾਨੂੰ ਚੀਚੀ ਫੁੱਟੇ ਦਾਤੇ ਨੇ ਸਰੀਰ ਦਿੱਤੇ ਨੇ ਜਿਹੜੇ ਵੇਕਦੇ ਨਹੀਂ ਮੋਲੋ ਜਮੀਰ ਦਿੱਤੇ ਨੇ ਉਹਨਾਂ ਨੇ ਬਾਈ ਮੇਰਾ ਹਰਮੋਨੀ ਪਲੇ ਕੀਤਾ ਸੋ ਗੀਤ ਗਾਰਿਆ ਸੀਗਾ ਅੱਛਾ ਬਾਈ ਗਰਵਿੰਦਰ ਬਰਾੜ ਹੋਰਿਆਂ ਨਾਲ ਸਟੀਲ ਆਈ ਸੀ ਬਾਈ ਮੱਟ ਸ਼ੇਰ ਵਾਲੇ ਨਾਲ ਹਾਂ ਉਹਨਾਂ ਨਾਲ ਬਾਈ ਤੇ ਮੱਟ ਸ਼ੇਰੋਂ ਵਾਲੇ ਤਾਂ ਅੱਜ ਬਹੁਤ ਵਾਇਰਲ ਨੇ ਤੇ ਉਹਨਾਂ ਦੇ ਪੇਜ ਤੇ ਵੀ ਆ ਜਾਓ ਫਿਰ ਯੋ ਵਈ ਆਈ ਦਿਖਣ ਬਈ ਮੈਂ ਤਾਂ ਥਾਲੇ ਕਰਕੇ ਨਹੀਂ ਕਲਾ ਦਾ ਮੋਲੇ ਜੀ ਪਾਵੇ ਫੇਰ ਵਧੀਆ ਲੱਗਾ ਨਾ ਸਹੀ ਗੱਲ ਆ ਮੈਂ ਜੀ ਮੈਨੂੰ ਕਿੰਨੇ ਕੇ ਫੋਨ ਆਏ ਤੁਸੀਂ ਆਪ ਆਏ ਸਾਨੂੰ ਚੰਗਾ ਲੱਗਿਆ ਨਾ ਬਿਲਕੁਲ ਮੈਂ ਇਹੀ ਇਹੀ ਦੱਸਣਾ ਚਾਹੁੰਦਾ ਸੀ ਲੋਕਾਂ ਨੂੰ ਵੀ ਪਤਾ ਲੱਗੇ ਹਾਂ ਇਹੀ ਦੱਸਣਾ ਚਾਹੁੰਦਾ ਸੀ ਆ ਵੈਸੇ ਫੋਨ ਕਾਲ ਬਹੁਤ ਆਉਂਦੇ ਆ ਵੀ ਸਾਡੀ ਇੰਟਰਵਿਊ ਕਰੋ ਸਾਡੀ ਇੰਟਰਵਿਊ ਕਰੋ ਪਰ ਕਲਾ ਜਿਹਦੇ ਅੰਦਰ ਹੁੰਦੀ ਆ ਤੇ ਸੁਣਦਾ ਕਿਹਨੂੰ ਪਸੰਦ ਕਰਦੇ ਮੈਂ ਬਈ ਜਾ ਤਾਂ ਸੁਣਦਾ ਪੰਮਾ ਡੁੰਮੇਵਾਲ ਜੀ ਹਾਂ ਪਮੇਡੂਮੇਵਾਲ ਉਹ ਵੈਸੇ ਸੁਣਦੇ ਸਾਰੇ ਕਲਾ ਯਾਤਰਾ ਪੰਮਾ ਡੂਮੇ ਵਾਲ ਬਈ ਸੁਣਦਾ ਜਿਹਨਾਂ ਕਲਾਕਾਰਾਂ ਚੰਗੇ ਚੀਜ਼ਾਂ ਹੁੰਦੇ ਉਹ ਨੋਟ ਕਰ ਲੈਂਦੇ ਆ ਬਈ ਤੇ ਤੁਹਾਡੀ ਗੱਲਬਾਤ ਹੋਈ ਪੰਮਾ ਜੀ ਨਾਲ ਕਦੇ ਨਹੀਂ ਪੰਮਾ ਡੂਮੇ ਵਾਲੇ ਉਹਨਾਂ ਦੇ ਗੀਤਕਾਰ ਅਰਸ਼ ਸਿੱਧੂ ਨਾਲ ਹੁੰਦੀ ਰਹਿੰਦੀ ਹੈ ਬਈ ਚਲੋ ਉਮੀਦ ਹੈ ਇਸ ਮੁਲਾਕਾਤ ਤੋਂ ਬਾਅਦ ਮੈਂ ਅੱਜ ਤੁਹਾਡੀ ਸ਼ਾਇਦ ਗੱਲ ਕਰਵਾਦਾ ਉਹਨਾਂ ਦੇ ਨਾਲ ਤੇ ਅ ਗੀਤ ਕਿਹਦੇ ਪਸੰਦ ਲੱਗਦੇ ਆ ਮਤਲਬ ਗੀਤਕਾਰ ਲਿਖਣੀ ਕਿਹਦੀ ਪਸੰਦ ਲੱਗਦੀ ਸਾਪਣ ਗੋਟਾ ਜੀ ਚਰਨ ਲਖਾਰੀ ਬਈ ਹਾਂ ਇਹਨਾਂ ਦੀ ਯਾਤਰਾ ਵਧੀਆ ਲੱਗਦਾ ਬਈ ਤੇ ਉਹਨਾਂ ਨਾਲ ਤਾਂ ਗੱਲ ਹੁੰਦੀ ਹੂ ਸਾਪਣ ਗੋਟੇ ਬਾਈ ਨਾਲ ਤਾਂ ਚਾਰਲ ਕਰੀਨ ਦਾ ਸਾਪਣ ਗੋਟੇ ਦਵਾਈ ਤੋਂ ਅਸ਼ੀਰਵਾਦ ਲੈ ਕੇ ਫੇਰੀ ਮੈਂ ਪੇਸ਼ ਸ਼ੁਰੂ ਕੀਤਾ ਸੀ ਬਾਈ ਅੱਛਾ ਕਰੇ ਗਿਆ ਸੀ ਬਾਈ ਕਹਿੰਦਾ ਤਰੱਕੀ ਹੋ ਗਈ ਬਾਈ ਹਾਂ ਜਦ ਬੈਂਪਾਰ ਮੁੰਦਾ ਨਾ ਸ਼ੀਰੋ ਪਰ ਬਾਈ ਮੈਂ ਅਸ਼ੀਰਵਾਦ ਲੈ ਕੇ ਬਾਈ ਤੋਂ ਉੱਥੇ ਗਿਆ ਸੀ ਪਿੰਡਵਾਰੀ ਦੇ ਨਾਲ ਮੇਰੇ ਜਸਪਾਲ ਬਾਈ ਲੁਧਿਆਣੇ ਤੋਂ ਗਿਆ ਸੀ ਗਿਆ ਠੀਕ ਹੈ ਦਵਾਈ ਹੋਣਾ ਰੰਮੀ ਰੰਦਾ ਬੈ ਨਾ ਤੋਂ ਚੀਟ ਵਗੈਰਾ ਹੋ ਗਿਆ ਤੇ ਉਹਦੋਂ ਮੈਂ ਬਾਈ ਦਾ ਅਸ਼ੀਰਵਾਦ ਲੈ ਕੇ ਤੇ ਬਾਈ ਨੂੰ ਹੋਰ ਸਾਰੇ ਕਹਿੰਦੇ ਉਹ ਬਾਈ ਨੂੰ ਕਹਿੰਦੇ ਤਰੱਕੀ ਆ ਬਾਈ ਉਹਦਾ ਬਾਈ ਇਹਦਾ ਕੰਮ ਹੈ ਮੇਰੀ ਵੀਡੀਓ ਕੋਈ ਨਹੀਂ ਖੜੀ ਰਹਿ ਕੋ ਲੱਖਾ ਜੀ ਜਾਂਦੀ ਸੀ ਅੱਛਾ ਤੁਸੀਂ ਉਹਨਾਂ ਨੂੰ ਉਸਤਾਦਤਾ ਰਹਿਓ ਕੈਮਰਾ ਦਾ ਉਸਤਾਦ ਸਤਾਤ ਵਾਂਗ ਜਿਵੇਂ ਮਾਪੇ ਹੁੰਦੇ ਨੇ ਨਾ ਜਿਹਨਾਂ ਨੇ ਸਿੱਖਿਆ ਰੋਟੀ ਪਾਉਂਦੇ ਪਰ ਫਿਰ ਵੀ ਇੱਜ਼ਤ ਆ ਬਾਈ ਦੀ ਵਿੱਚ ਇੱਜ਼ਤ ਰੱਖੀ ਦੇ ਰਿਹਾ ਤੇ ਵਿੱਚ ਹਾਂ ਤੇ ਚਰਨ ਨੂੰ ਚਰਨ ਖਾਣ ਨੂੰ ਮਿਲਿਆ ਇੱਛਾ ਕਿ ਬਈ ਮੇਰੇ ਕੇ ਜਰੂਰ ਆਵਾਂਗੇ ਹੁਣ ਬਈ ਹਾਂ ਗੱਲਬਾਤ ਵੀ ਨਹੀਂ ਹੁੰਦੀ ਫੋਨ ਦੀ ਗੱਲਬਾਤ ਜਹੀ ਤਾਂ ਚਲੋ ਉਹਨਾਂ ਨਾਲ ਹੀ ਅੱਜ ਥੋੜੀ ਗੱਲ ਕਰਾਉਣੇ ਆ ਤੇ ਜਿਹੜਾ ਪੋਲਾ ਪਾਣਾ ਮਸੂਮੀਅਤ ਆ ਮੈਂ ਦਰਸ਼ਕਾਂ ਨੂੰ ਵੀ ਕਹਿਣਾ ਚਾਹੂੰਗਾ ਵੀ ਆ ਚੀਜ਼ਾਂ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਲੋਭ ਹੋ ਰਹੀਆਂ ਤੁਹਾਨੂੰ ਮਲਾਕਾਤ ਤੋਂ ਪਤਾ ਲੱਗ ਰਿਹਾ ਹੋ ਜਦੋਂ ਦੇ ਅਸੀਂ ਲਾਪਰੀਤ ਕੋਲੇ ਆਏ ਆ ਅਸੀਂ ਇੱਕ ਚੀਜ਼ ਹੀ ਨੋਟ ਅੰਦਰੋਂ ਅੰਦਰ ਇੱਕ ਸੱਚ ਛੁਪਿਆ ਹੋਇਆ ਹੈਗਾ ਸੱਚ ਲੋਕਾਂ ਨੂੰ ਦੱਸ ਰਿਹਾ ਹਾਲਾਂਕਿ ਬਹੁਤ ਤਕਲੀਫਾਂ ਆਉਂਦੀਆਂ ਆਈਆਂ ਬੜੇ ਰਾਹ ਦੇ ਵਿੱਚ ਰੋੜੇ ਆਉਂਦੇ ਆ ਲਾਪ੍ਰੀਤ ਕੀ ਸੋਚੇਗਾ ਅੱਗੇ ਫਿਰ ਕਿਵੇਂ ਕਿਵੇਂ ਜਾਣਾਗਾ ਰਾਹ ਦੇ ਰੋੜ ਤਾਂ ਬਈ ਕੋਈ ਕੰਪਨੀ ਨਹੀਂ ਚੀਜ਼ਾਂ ਨੂੰ ਰਿਲੀਜ਼ ਕਰਦੀ ਹੁੰਦੀ ਹਾਂ ਬਈ ਕਨਵਰ ਗਰਵਾਲ ਦੀ ਸਟਰਗਲ ਦੇਖੀ ਬਈ ਕੰਮ ਕੰਪਨੀ ਕੋਲ ਜਾਂਦਾ ਕਹਿੰਦਾ ਇਹ ਤਾਂ ਚੀਜ਼ਾਂ ਨਹੀਂ ਚੱਲਦੀ ਹਸਤਿੰਦਰ ਸਤਾਜ ਬਈ ਦੀ ਦੇਖੀ ਉਹ ਕਹਿੰਦਾ ਬਈ ਚੀਜ਼ਾਂ ਨਹੀਂ ਚੱਲਦੀ ਹੁੰਦੀ ਪਰ ਬਈ ਸਮਾਂ ਆਉਂਦਾ ਤੁਸੀਂ ਲੱਗੇ ਰਹੋ ਬਸ ਇਹ ਚੀਜ਼ ਆ ਬਈ ਹਨਾ ਮਿਹਨਤ ਕਰੋ ਤੇ ਪਹਿਲਾਂ ਵੀ ਦੇਖੋ ਵੀ ਮੇਰੇ ਪੇਜ ਹੀ ਸ਼ੁਰੂ ਕੀਤਾ 1000 ਦੇ ਲਾਈਕਾਂ ਜਿਹਾ ਵਾਹਿਗੁਰੂ ਦੀ ਕਿਰਪਾ ਜਿ ਪੇਜ ਹੈਕ ਹੋਣ ਲੱਗ ਰਿਹਾ ਦੇਖ ਲਓ ਹੈਕ ਹੋ ਗਿਆ ਪੇਜ ਪੇਜ ਹੈਕ ਹੋ ਗਿਆ ਪਰ ਵਾਹਿਗੁਰੂ ਦੀ ਕਿਰਪਾ ਵੀ ਭਰਾਵਾਂ ਦੇ ਦਬਾਵ ਨਾਲ ਬਾਈ ਮਾਨ ਬਠਿੰਡੇ ਵਾਲਾ ਜੱਸ ਪੋਇਲ ਅਮਨ ਕਰਾਲੀ ਬਾਈ ਸੁਖਜੀਤ ਸੁਖਵੰਦਰ ਹਰਨ ਭਰਾਵਾਂ ਦੀ ਮਿਹਨਤ ਸਾਡੇ ਕੈਮਰਾ ਪੇਜ ਵਾਪਸ ਆਇਆ ਬਾਈ ਹਾਂ ਅੱਛਾ ਇਹ ਇਹ ਜਿਹਾ ਕੁਝ ਵੀ ਹੋ ਗਿਆ ਫਿਰ ਮਤਲਬ ਮੁਸ਼ਕਲਾਂ ਚ ਪੈਣ ਲੱਗ ਗਏ ਤੁਸੀਂ ਹਾਂ ਜੀ ਉਹ ਕਹਿੰਦਾ ਜੇ ਤੁਹਾਡੇ ਰਾਹ ਦੇ ਵਿੱਚ ਰੋੜੇ ਆਣ ਲੱਗੇ ਤਾਂ ਗੁੱਡੀ ਸਮਝ ਚੜਨ ਲੱਗੀ ਬਾਈ ਹਾਂ ਗੁੱਡੀ ਚੜਨ ਲੱਗੀ ਕੁਝ ਹੋਰ ਹੋ ਜੀ ਪਰ ਮਿਲੇ ਆਣੀ ਕੁਝ ਪੜ ਡਿਗਰੀਆਂ ਲੈ ਕੇ ਜਾ ਚ ਬਿਠਾਤਾ ਬਾਪੂ ਪਹਿਲੀ ਗੈਣੇ ਦੇ ਕੇ ਮਿਲੇ ਆਣੀ ਕੁਝ ਪੜ ਡਿਗਰੀਆਂ ਲੈ ਕੇ ਜਾ ਚ ਬਿਠਾਤਾ ਬਾਪੂ ਪਹਿਲੀ ਗੈਣੇ ਦੇ ਕੇ ਦਾਦੇ ਪੜ ਦਾਦੇ ਦੀ ਬਣਾਈ ਜੋ ਜ਼ਮੀਨ ਸੀ ਦਾਦੇ ਪੜ ਦਾਦੇ ਦੀ ਬਣਾਈ ਜੋ ਜ਼ਮੀਨ ਸੀ ਪੁੱਤ ਲਈ ਵੇਚ ਗਿਆ ਕਿਆਰੀਆਂ ਆਪਣੇ ਹੀ ਦੇਸ਼ ਵਿੱਚ ਮਿਲੇ ਰੁਜ਼ਗਾਰ ਪੁੱਤ ਮਾਰਦੇ ਨਾ ਮਾਵਾਂ ਦੇ ਉਡਾਰੀਆਂ ਆਪਣੇ ਹੀ ਦੇਸ਼ ਵਿੱਚ ਮਿਲੇ ਰੁਜ਼ਗਾਰ ਪੁੱਤ ਮਾਰਦੇ ਨਾ ਮਾਵਾਂ ਦੇ ਉਡਾਰੀਆਂ ਜੀ ਬਹੁਤ ਖੂਬ ਤੇ ਅੱਗੇ ਸੋਚਿਆ ਕੋਈ ਫਿਊਚਰ ਚ ਜਾਂ ਕੋਈ ਸੁਪਨਾ ਹੋਵੇ ਵੀ ਹਾਂ ਲਾਪਰੀਜ਼ ਆਹ ਮੁਕਾਮ ਮੈਂ ਹਾਸਲ ਕਰਨਾ ਹੈ ਬਸ ਵੀ ਕਲਾਕਾਰੀ ਦਾ ਕੀ ਵਧੀਆ ਸ਼ੋਅ ਲੱਗਣ ਬਾਈ ਤੇ ਲੋਕਾਂ ਨੂੰ ਸਲਾਹ ਦਿੱਤੀ ਕਿ ਹਨਾ ਹਰ ਮਾਂ ਦਾ ਆਸ਼ੀਰਵਾਦ ਮਿਲੇ ਹਰ ਭਰਾ ਕਰੇ ਵੀ ਕੀ ਬਾਤ ਹੈ ਬਾਈ ਬਹੁਤ ਹੁਣੀ ਸਟੀਲ ਆਈ ਬਸ ਇਹ ਕਲਾਕਾਰੀ ਦੀ ਹੈ ਬਾਈ ਤੇ ਜਦੋਂ ਗੁੱਡੀ ਚੜ ਗਈ ਇਹ ਤਾਂ ਨਹੀਂ ਹੋਊਗਾ ਸਾਡਾ ਫੋਨ ਫਣ ਚੱਕਰੋਂ ਹਟ ਜਾਊਗੇ ਨਹੀਂ ਨਹੀਂ ਬਾਈ ਫੋਨ ਤਾਂ ਹੁਣ ਵੀ ਚੱਕਦੇ ਸਾਰੇ ਭਰਾਵਾਂ ਦੇ ਜਾਂ ਗਾਲਾਂ ਕੱਢੇ ਫਿਰ ਵੀ ਸੱਚੀ ਗੱਲ ਤਾਂ ਬੇਨਾਮੀ ਬੋਲਦੇ ਬਾਈ ਆਹ ਖੜਾ ਕਾ ਕਰਦਾ ਹੁਣ ਵੀ ਠੀਕ ਹੈ ਕਹਿੰਦੇ ਨਾ ਨੰਬਰ ਤਾਂ ਨਾਲ ਮੁੜਕਤਾਗੀ ਪਰਵਾਤ ਵਾਲੇ ਬਸ ਚ ਕੀਤਾ ਜਾ ਸਕਦਾ ਮੜਤਨੀ ਵੀ ਨਾੜਕਾ ਗੁਣ ਚ ਗਈਏ ਤਾਂ ਤੇ ਹਾਂ ਉਹ ਗੱਲਾਂ ਜੀ ਤੇ ਗੁਰਬਾਣੀ ਵੀ ਪੜਦੇ ਹਾਂ ਜੀ ਵੀ ਜਪਜੀ ਸਾਹਿਬ ਕੰਠਾ ਫੜਾ ਕੰਠਾ ਫੜਾ ਜਪਜੀ ਸਾਹਿਬ ਚਲੋ ਚੰਗੀ ਗੱਲ ਆ ਤੇ ਅੱਗੇ ਕੋਈ ਮਤਲਬ ਹੋਰ ਚੀਜ਼ ਹੋਵੇ ਜਾਂ ਕਿਸੇ ਨਾਲ ਕੰਮ ਕਰਨਾ ਚਾਹੁੰਦੇ ਹੋ ਇਹ ਜਾਂ ਵੀ ਸੁਪਨਾ ਹੁੰਦਾਗਾ ਵੀ ਮੈਂ ਆਹ ਬੰਦੇ ਨਾਲ ਕੰਮ ਕਰਾਂ ਜਾਂ ਆਹ ਗੀਤਕਾਰ ਦਾ ਗਾਣਾ ਗਾਵਾਂ ਜਾਂ ਆਹ ਗਾਇਕ ਨਾਲ ਮੇਰਾ ਗਾਣਾ ਅਜੇ ਤੱਕ ਗੱਲ ਬਣ ਜੀ। ਉਹ ਇਸ਼ਿਆ ਤਾਂ ਹੁੰਦਿਆਂ ਨੇ ਵੀ ਵੱਡੇ ਵੱਡੇ ਫਨਕਾਰਾਂ ਕਲਾਕਾਰਾਂ ਨਾਲ ਹੁਣ। ਫੇ ਬਸ ਬੈਠ ਆਹ ਵੀ ਚ ਵਧੀਆ ਵੀ ਹੈ ਨਾ। ਫਿਰ ਪਤਾ ਕੀ ਚੱਕਰ ਵਿੱਚ ਕਿਸੇ ਕਲਾਕਾਰ ਨਾਲ ਕਰਦਾਂ ਫਰੈਂਚ ਲਵੀਰ ਉਹਦੇ ਨਾਲ ਉਹਦੇ ਕਰਕੇ ਹੈ। ਨਹੀਂ ਚਲੋ ਜਦੋਂ ਤੁਸੀਂ ਆਪ ਦਾ ਇੱਕ ਮੁਕਾਮ ਹਾਸਲ ਕਰ ਲਿਆ ਜਦੋਂ ਆਪ ਬੰਦੇ ਦੀ ਚੜ੍ਹਾਈ ਹੋ ਜੇ ਤੁਹਾਨੂੰ ਅਪਮੇ ਡੰਮੇਵਾਲ ਵਾਲ ਨਾਲ ਕਰੂਗਾ। ਅੱਛਾ ਅਪਮੇ ਡੰਮੇਵਾਲ ਨਾਲ ਕਰਨਾ ਚਾਹ। ਉਹ ਅੱਛਾ ਉਹ ਜੀ ਤੁਹਾਨੂੰ ਚੀਜ਼ ਪਸੰਦ ਆ। ਕੁਝ ਉਹਨਾਂ ਦਾ ਕੋਈ ਜਿਹੜਾ ਲੱਗਦਾ ਹੋਵੇ ਵੀ ਆਹ ਗੀਤ ਬਹੁਤ ਹੀ ਵਧੀਆ ਗਾ ਕਿ ਸ਼ਹਿਰ ਹੋ ਜੇ ਗੇੜਾ ਜਦੋਂ ਪੰਡਤ ਆ ਰਟੀਨ ਦਾ ਉਦੋਂ ਹੁੰਦਾ ਵੇਕਣਾ ਵੀ ਲਾਜ਼ਮੀ ਜ਼ਮੀਨ ਦਾ ਉਦੋਂ ਹੁੰਦਾ ਵੇਕਣਾ ਵੀ ਲਾਜ਼ਮੀ ਜ਼ਮੀਨ ਦਾ ਕਿ ਪਾ ਕੇ ਚਿੱਟੇ ਗੇੜਾ ਬੁਲਟ ਤੇ ਲਾਉਂਦੇ ਜੋ ਬਣਾਉਂਦੇ ਫੋਕੀ ਟੌਰ ਏ ਕਿ ਦਿਲਾਲਿਆਂ ਦੀ ਬਹੀ ਉਤੇ ਕਰਦੇ ਨਹੀਂ ਗੌਰ ਏ ਪਾ ਕੇ ਜਿਹੜੇ ਚਿੱਟੇ ਨੇ ਬਣਾਉਂਦੇ ਫੋਕੀ ਟਾਰੂਏ ਲਾਲਿਆਂ ਦੀ ਬਹੀ ਉੱਤੇ ਕਰਦੇ ਨਹੀਂ ਗੌਰ ਓਏ ਸ਼ਹਿਰ ਹੋ ਜੇ ਗੇੜਾ ਜਦੋਂ ਪੰਡਤ ਆ ਰਟੀਨ ਦਾ ਉਦੋਂ ਹੁੰਦਾ ਲਾਜ਼ਮੀ ਵੀ ਬੇਕਣਾ ਜ਼ਮੀਨ ਦਾ ਉਦੋਂ ਹੁੰਦਾ ਲਾਜ਼ਮੀ ਵੀ ਬੇਕਣਾ ਜ਼ਮੀਨ ਦਾ ਜੀ ਬਹੁਤ ਵਧੀਆ ਬਾਕੀ ਤੁਸੀਂ ਸਾਨੂੰ ਸਮਾਂ ਦਿੱਤਾ ਤੁਹਾਡਾ ਧੰਨਵਾਦ ਤੇ ਅਸੀਂ ਉਮੀਦ ਕਰਦੇ ਹਾਂ ਵੀ ਤੁਹਾਡੀ ਜਿਹੜੀ ਗੁੱਡੀ ਆਉ ਆਸਮਾਨ ਤੇ ਚੜੇ ਪਰ ਤੁਸੀਂ ਵਾਦਾ ਕਰੋ ਸਾਡੇ ਨਾਲ ਵੀ ਇਹੋ ਜਿਹੀ ਗਾਉਂਦੇ ਰਹੋ ਇਹੋ ਜਿਹੀ ਗਾਵਾਂਗੇ ਬਈ ਸਾਫ ਸੁਥਰਾ ਹੀ ਗਾਉਂਗੇ ਬਿਲਕੁਲ ਹੋਰ ਚੱਕਰਾਂ ਵਿੱਚ ਤਾਂ ਨਹੀਂ ਪੈਂਦੇ ਨਹੀਂ ਨਹੀਂ ਬਈ ਪਰਵਾਰਕੀ ਗਾਵਾਂਗੇ ਜਿਹੜੀ ਭੈਣ ਸੁਣ ਸਕੇ ਯਾਰ ਮਾਂ ਸੁਣ ਸਕੇ ਬਈ ਕੋਈ ਚੀਜ਼ ਗਾਵਾਂਗੇ ਜੀ ਧੰਨਵਾਦ ਜਿਉਂਦੇ ਰਹੋ ਵਸਦੇ ਰਹੋ ਜੀ ਸੋ ਇਹ ਨੌਜਵਾਨ ਤੇ ਇਹਨਾਂ ਦਾ ਸਾਰਾ ਪਰਿਵਾਰ ਅਸੀਂ ਉਮੀਦ ਕਰਦੇ ਹਾਂ ਤੁਸੀਂ ਇਹਨਾਂ ਨੂੰ ਬੇਸ਼ਕੀਮਤੀ ਪਿਆਰ ਵੀ ਦਿਓਗੇ ਜੋ ਇਹ ਲਿਖ ਰਹੇ ਨੇ ਜਿੱਦਾਂ ਦੀ ਇਹਨਾਂ ਦੀ ਕਲਮ ਆ ਬਹੁਤ ਘੱਟ ਲੋਕਾਂ ਨੂੰ ਏਦਾਂ ਦੀ ਕਲਮ ਮਿਲਦੀ ਆ ਤੇ ਇੱਕ ਖਾਸ ਕਰਕੇ ਜਿਹੜਾ ਸੱਚਾ ਤੇ ਸਾਫ਼ ਦੇਲਾ ਇੱਕ 마ਸੂਮੀਅਤਾਂ ਚਿਹਰੇ ਦੇ ਉੱਤੇ ਸਾਰੇ ਪਰਿਵਾਰ ਨੂੰ ਪਰਮਾਤਮਾ ਤਰੱਕੀਆਂ ਬਖਸ਼ੇ ਤੁਸੀਂ ਸੁਣਨ ਵਾਲੇ ਚੋਣਨ ਵਾਲੇ ਇਹਨਾਂ ਨੂੰ ਹੱਥਾਂ ਦੇ ਉੱਤੇ ਚੱਕੋ ਕਿਉਂਕਿ ਹੀਰੇ ਬਹੁਤ ਘੱਟ ਮਿਲਦੇ ਨੇ ਤੇ ਹੀਰਿਆਂ ਨੂੰ ਤਰਾਸ਼ਣਾ ਅਸਲ ਜੋਹਰੀ ਦਾ ਕੰਮ ਹੁੰਦਾ ਹੈਗਾ ਅਸਲੀ ਜਿਹੜਾ ਪਾਰਖੂ ਬੰਦਾ ਹੁੰਦਾ ਉਹਦਾ ਕੰਮ ਹੁੰਦਾ ਸੀ ਚੋਣਿਆਂ ਵੀ ਉਹ ਪਾਰਖੂ ਇਨਸਾਨ ਲਾਪਰੀਤ ਨੂੰ ਵੀ ਮਿਲੇ ਜਲਦੀ ਹੀ ਮਿਲਾਂਗੇ ਕਿਸੇ ਹੋਰ ਮੁਲਾਕਾਤ ਦੇ ਨਾਲ ਹੁਣ ਆਪਣੇ ਦੋਸਤ ਰਤਨਦੀਪ ਸਿੰਘ ਢਾਲੀਵਾਲ ਨੂੰ ਦਿਓ ਇਜ਼ਾਜ਼ਤ ਧੰਨਵਾਦ ਜੀ